ਚਲੋ ਵੀ ਅਪੇਖਤਾ ਕਰ ਲਿਆ ਸੀ ਨਾ ਐਥੋ ਦਾ ਅੱਗੇ ਚੱਲਦੇ ਆਪਾਂ ਲੋਬੀ ਸੁਣੋ ਨਾਉਨਰ ਜੈਂਡਰ ਦੀ ਗੱਲ ਕਰਦਾ ਨਾਉਨ ਜੈਂਡਰ ਠੀਕ ਹੈ ਮਸਕੁਲਾਈਨ ਜੈਂਡਰ ਹੁੰਦੇ ਨੇ ਮਸਕੁਲਾਈਨ ਹੁੰਦੇ ਆਗੇ ਜਿਹੜੇ ਮੇਲ ਨੂੰ ਡਿਨੋਟ ਕਰਦੇ ਨੇ ਠੀਕ ਹੈ ਵਿਚ ਡਿਨੋਟਸ ਮੇਲ ਸੈਕਸ ਮੇਲ ਨੂੰ ਦੱਸਦੇ ਨੇ ਸੈਕੰਡ ਫੈਮੀਨਾਈਨ ਜੈਂਡਰ ਹੁੰਦਾ ਜਿਹੜੇ ਫੀਮੇਲ ਨੂੰ ਡੋਨੇਟ ਕਰਦੇ ਨੇ ਠੀਕ ਹੈ ਇਕ ਹੁੰਦਾ ਕਾਮਨ ਜੈਂਡਰ ਕਾਮਨ ਜੈਂਡਰ ਜਿਹੜੇ ਦੋਹਾਂ ਨੂੰ ਡਿਨੋਟ ਕਰ ਸਕਦੇ ਜਿਵੇਂ ਆਪਾਂ ਪਿੱਛੇ ਪੜਿਆ ਸੀ ਟੀਚਰ ਹੈ ਸਟੂਡੈਂਟ ਐਡਵੋਕੇਟ ਠੀਕ ਹੈ ਠੀਕ ਹੈ ਹੁਣ ਮਸਕੁਲਾਈਨ ਜੈਂਡਰ ਦੇ ਵਿੱਚ ਦੇਖੋ ਕਿਹੜੇ ਹੁੰਦੇ ਨੇ ਟਾਈਗਰ ਵੀ ਮੇਲ ਹੈ ਪਤਾ ਸੋਨ ਨੂੰ ਪਾਵਰ ਮੇਲ ਹੈ ਧਿਆਨ ਚ ਰੱਖਣਾ ਵੀ ਤੁਸੀਂ ਹੁਣ ਪੇਪਰ 'ਚ ਆਊਗਾ ਪਾਵਰ ਤਾਂ ਉੱਥੇ ਤੁਹਾਨੂੰ ਪਤਾ ਹੋਵੇ ਪਾਵਰ ਬੰਦਾ ਹੈ ਕੀ ਬੁੜੀ ਹੈ ਤਾਂ ਤੁਸੀਂ ਉਸ ਦਾ ਨਾਲ ਤੁਸੀਂ ਪ੍ਰੋਨਾਉਨ ਲਗਾਉਗੇ ਨਾ ਠੀਕ ਹੈ ਸਿੱਧੀ ਜੀ ਗੱਲ ਹੈ ਇੱਕ ਸਿੱਧੀ ਜੀ ਜਿਹੜੀ ਚੀਜ਼ਾਂ ਹੈਗੀਆਂ ਕੋਹ ਮਤਲਬ ਕੀ ਕਹੂੰਗਾ ਉਹਨੂੰ ਕੀ ਕਹੂੰਗਾ ਯਾਰ ਪੈੜੀਆਂ ਚੀਜ਼ਾਂ ਕਹਿ ਲਓ ਠੀਕ ਹੈ ਜਿਵੇਂ ਹਾਰਸ਼ ਚੀਜ਼ਾਂ ਕਹਿ ਲਓ ਹਾਰਸ਼ ਉਹ ਬੰਦਾ ਹਾਰਸ਼ ਹੁੰਦਾ ਨਾ ਬੰਦੇ ਨੂੰ ਸਟਰੋਂਗ ਮੰਨਿਆ ਜਾਂਦਾ ਹੈਗਾ ਵੀ ਹਾਂ ਬੰਦਾ ਤਾਂ ਹੀ ਹੈਗਾ ਠੀਕ ਹੈ ਜਿਹੜੀ ਹਾਰਸ਼ ਚੀਜ਼ਾਂ ਹੋਣਗੀਆਂ ਹਾਰਸ਼ ਉਹਨੂੰ ਮੇਲ ਮੰਨਦਾ ਹੈਗਾ ਇਹ ਠੀਕ ਹੈ ਤੇ ਜਿਹੜੀ ਨਰਮ ਚੀਜ਼ਾਂ ਹੋਣੀਆਂ ਸੋਹਣੀ ਚੀਜ਼ਾਂ ਹੋਣੀਆਂ ਉਹਨੂੰ ਕੀ ਮੰਨਦਾ ਇਹ ਫੀਮੇਲ ਮੰਨਦਾ ਹੈਗਾ ਇਹ ਗੱਲ ਹੈਗੀ ਦੇਖੋ ਦੇਖੋ ਪਾਵਰ ਵੀ ਸ਼ਕਤੀ ਸ਼ਕਤੀ ਨੂੰ ਕੀ ਮੰਨਦਾ ਇਹ ਮੇਲ ਮੰਨਦਾ ਹੈ ਫਾਦਰ ਤਾਂ ਉਹ ਵੀ ਮੇਲ ਹੀ ਹੈ ਪਤਾ ਹੈ ਲਾਇਨ ਵੀ ਮੇਲ ਹੈ ਸਮਰ ਦੇਖੋ ਸਮਰ ਵੀ ਗਰਮੀ ਗਰਮੀ ਨੂੰ ਮੇਲ ਮੰਨਦਾ ਇਹ ਠੀਕ ਹੈ ਟਾਈਮ ਨੂੰ ਮੇਲ ਮੰਨਦਾ ਹੈ ਥੰਡਰ ਨੂੰ ਮੇਲ ਮੰਨਦਾ ਹੈ ਵਾਇਲੈਂਸ ਨੂੰ ਮੇਲ ਮੰਨਦਾ ਹੈ ਸਨ ਨੂੰ ਵੀ ਮੇਲ ਮੰਨਦਾ ਹੈ ਸੂਰਜ ਨੂੰ ਠੀਕ ਹੈ ਤੇ ਆਮ ਐਕਸਟਰਾ ਐਡ ਕਰੇ ਹੋਇਆ ਪੇਪਰ 'ਚ ਹੈ ਟਾਈਮ ਵੀ ਮੇਲ ਹੈ ਟਾਈਮ ਤਾਂ ਆ ਗਿਆ ਨਾ ਉਰੇ ਡੈਥ ਵੀ ਮੇਲ ਹੈ ਡੈਥ ਵਿੰਟਰ ਤੇ ਸਮਰ ਦੋਹੇ ਮੇਲ ਹੈ ਠੀਕ ਹੈ ਵਾਰ ਮੇਲ ਹੈ ਓਸ਼ੀਨ ਸਮੁੰਦਰ ਮੇਲ ਹੈ ਲਵ ਵੀ ਮੇਲ ਹੈ ਤੇ ਥੰਡਰ ਵੀ ਮੇਲ ਹੈ ਇਹ ਲਵ ਐਕਸੈਪਸ਼ਨ ਹੈ ਦੀ ਵੀ ਠੀਕ ਹੈ ਲਵ ਨੂੰ ਮੇਲ ਮੰਨਿਆ ਜਾਂਦਾ ਹੈ ਤੇ ਕਿਤੇ ਆ ਜਾਂਦੀ ਕਦੇ ਪਰ ਫਿਰ ਵੀ ठीक है हूँ उधर ही देखो फीमेल देखो टाइगर से पति है भी ठीक है चीती ठीक है यही फीमेल है वूमन भी वही होगी लोआइन शेरनी भी पता है मदर भी पता है सिस्टर भी पता पीस आ देखो शांति शांति की कहना यह फीमेल है नेचर नेचर की मानता है फीमेल है अर्थ धरती की मानता है फीमेल मानता है गॉडस तो ही देवी होंगी है ठीक है समझ मेरी गल जी चीज़ा है, है? हारश ਉਹਨੂੰ ਇਹ ਮੇਲ ਮੰਨਦਾ ਹੈ ਤੇ ਜਿਹੜੀ ਚੀਜ਼ ਹੈਗੀ ਪੋਲਾਈਟ ਐ ਨਰਮ ਐ ਸੋਹਣੀਆਂ ਚੀਜ਼ਾਂ ਨੇ ਠੀਕ ਹੈ ਉਹਨੂੰ ਇਹ ਫੀਮੇਲ ਮੰਨਦਾ ਹੈ ਕਲੀਅਰ ਹੈ ਗੱਲ ਹੈ ਠੀਕ ਹੈ ਇੱਕ ਮੂਨ ਇੱਥੇ ਮੂਨ ਐਡ ਕਰ ਲਿਓ ਵੀ ਇਹਦੇ ਵਿੱਚ ਮੂਨ ਠੀਕ ਹੈ ਮੂਨ ਕੀ ਐ ਤੁਸੀਂ ਮੂਨ ਨੂੰ ਕੀ ਕਹਿੰਦੇ ਨੇ ਉਹ ਚੰਦਾ ਮਾਮਾ ਕਹਿੰਦੇ ਹੋ ਨਾ ਪਰ ਇਹ ਚੰਦਾ ਮਾਮੀ ਐ ਇਹ ਇੰਗਲਿਸ਼ ਦੇ ਵਿੱਚ ਠੀਕ ਹੈ ਸੂਰਜੁਰੇ ਮੇਲ ਹੈ ਤੇ ਮੂਨਾ ਫੀਮੇਲ ਹੈ ਯਾਦ ਰੱਖਣੀ ਗੱਲ ਆ ਤੁਸੀਂ ਓਕੇ ਓਕੇ ਫਿਰ ਤੀਜਾ ਹੈ ਕਾਮਨ ਜੈਂਡਰ ਕਾਮਨ ਜੈਂਡਰ ਤੁਹਾਨੂੰ ਪਤਾ ਜਿਹੜਾ ਦੋਹਾਂ ਨੂੰ ਡਿਨੋਟ ਕਰਦਾ ਜਿਵੇਂ ਦੇਖੋ ਚਾਈਲਡ ਹੈ ਠੀਕ ਹੈ ਮੇਲ ਵੀ ਹੋ ਸਕਦਾ ਹੈ ਫੀਮੇਲ ਵੀ ਬੇਬੀ ਟੀਚਰ ਸਰਵੈਂਟ ਸਟੂਡੈਂਟ ਕਜ਼ਨ ਇਨਫੈਂਟ ਥੀਫ ਨੇਬਰ ਇਹ ਕੋਈ ਵੀ ਹੋ ਸਕਦਾ ਬੰਦਾ ਵੀ ਹੋ ਸਕਦਾ ਤੇ ਬੁੜੀ ਵੀ ਹੋ ਸਕਦਾ ਠੀਕ ਹੈ ਓਕੇ ਫਿਰ ਚੌਥੇ ਤਰ੍ਹਾਂ ਦਾ ਜੈਂਡਰ ਹੈ ਨਿਊਟਰ ਜੈਂਡਰ ਨਿਊਟਰਲ ਹੈ ਵੀ ਠੀਕ ਹੈ ਪਤਾ ਨਹੀਂ ਕਿਹੜਾ ਜੈਂਡਰ ਹੋਊਗਾ ਨਾ ਮੇਲ ਹੈ ਇਹ ਨਾ ਫੀਮੇਲ ਹੈ ਇਹਦੇ ਵਿੱਚ ਨੋਨ ਲਿਵਿੰਗ ਥਿੰਗਸ ਆਉਂਦੀਆਂ ਨੇ ਜਿਹੜੀ ਜੀਵਤ ਹੈ ਨਹੀਂ ਗੀਆਂ ਠੀਕ ਹੈ ਸਮਝ ਰਿਹਾ ਗੱਲ ਜਿਵੇਂ ਕਾਪੀ ਹੈ ਬੁੱਕ ਹੈ ਰੂਮ ਹੈ ਪੇਪਰ ਹੈ ਟੀਵੀ ਹੈ ਬਾਕਸ ਹੈ ਠੀਕ ਹੈ ਜਿਹੜੀ ਚੀਜ਼ ਨੇ ਰਜੀਵ ਨੇ ਮੇਰੇ ਕੋਲ ਬੋਤਲ ਪਈ ਹੈ ਵੀ ਬੋਤਲ ਬੰਦਾ ਹੈ ਕੀ ਬੁੜੀ ਹੈ ਵੀ ਇਹ ਨਿਊਟਰ ਜੈਂਡਰ ਹੈ ਨਾ ਬੰਦਾ ਨਾ ਬੁੜੀ ਹੈ ਠੀਕ ਹੈ ਹੁਣ ਤੁਸੀਂ ਕਹੋ ਵੀ ਸਾਡਾ ਟੀਵੀ ਦਾ ਬੰਦਾ ਹੈ ਤੁਹਾਡੇ ਕੋਲ ਟੀਵੀ ਬੁੜੀ ਹੈ ਨਾ ਵੀ ਟੀਵੀ ਦਾ ਟੀਵੀ ਹੈ ਵੀ ਠੀਕ ਹੈ ਇਹਨਾਂ ਦਾ ਕੋਈ ਜੈਂਡਰ ਨਹੀਂ ਹੁੰਦਾ ਓਕੇ ਆਓ ਵੀ ਅੱਗੇ ਇਹ ਰੂਲਸ ਨੇ ਵੀ ਰੂਲਸ ਫॉर ਚੇਂਜਿੰਗ ਮਸਕੁਲਾਈਨ ਨਾਉਨ ਇੰਟੂ ਫੈਮਿਨਾਈਨ ਨਾਉਨ ਮੇਲ ਤੋਂ ਫੀਮੇਲ ਜਿ ਬਣਾਉਣਾ ਆ ਤੁਸੀਂ ਪੜ ਸਕਦੇ ਹੋ ਵੀ ਆਥਰ ਦਾ ਆਥਰੈਸ ਹੁੰਦਾ ਹੈ ਹੋਸਟ ਦਾ ਹੋਸਟੈਸ ਹੁੰਦਾ ਹੈ ਜੂ ਦਾ ਜੂਇਸ ਹੁੰਦਾ ਠੀਕ ਹੈ ਛੋਟੇ ਹੁੰਦੇ ਆਪਾਂ ਪੜੇ ਸੀਗੇ ਤੁਸੀਂ ਪੜ ਸਕਦੇ ਹੋ ਆ ਮੈਂ ਚੀਜ਼ ਇੱਥੇ ਐਡ ਕਰੀ ਹੋਈ ਹੈ ਇਹਨੂੰ ਤੁਸੀਂ ਸਟਾਰ ਲਗਾ ਲਓ ਪੇਪਰ 'ਚ ਆਉਂਦੀ ਹੁੰਦੀ ਹੈ ਇਹ ਠੀਕ ਹੈ ਆਹ ਚੀਜ਼ ਦੇਖੋ ਵੀ ਊਮਨ ਡਾਕਟਰ ਹੁੰਦਾ ਲੇਡੀ ਡਾਕਟਰ ਨਹੀਂ ਹੁੰਦਾ ਤਾਂ ਅੰਚ ਰੱਖਣੀ ਗੱਲ ਅੱਖਾਂ ਗੁੱਲਰੀਆਂ ਥੋਡੀਆਂ ਵੀ ਆਪਾਂ ਮੂਚਾ ਕੇ ਜਾਣਿਆ ਵੀ ਉਥੇ ਹਸਪਤਾਲ ਚ ਜਾਣਿਆ ਕਿਤੇ ਤਾਂ ਆਪਾਂ ਪੁੱਛਦੇ ਆ ਵੀ ਲੇਡੀ ਡਾਕਟਰ ਹੈਗੀ ਐ ਸਾਰਿਆਂ ਦੇ ਮੂੰਹ ਤੋਂ ਇਹੀ ਨਿਕਲਦਾ ਵੀ ਲੇਡੀ ਡਾਕਟਰ ਲੇਡੀ ਡਾਕਟਰ ਗਲਤ ਸ਼ਬਦ ਹੈ ਠੀਕ ਹੈ ਸਹੀ ਸ਼ਬਦ ਕੀ ਹੈ ਊਮਨ ਡਾਕਟਰ ਹੈ ਊਮਨ ਡਾਕਟਰ ओके ओके सरवेंट होवेंट ना वूमेन सरवेंट हों के ओके फिर कही टीचर ना गलत है फिर कह दी आप वूमेन ड्राइवर होगा सारे कितने तो वूमेन ही लगा ठीक है ध्यान रखोगे गल यह रिवाइज करके आयो ठीक है कल ध्यान ओके ओके ਹਾਂ ਇਹਨੇ ਚੇਨੀ ਕਰੇ ਤੁਸੀਂ ਰੂਲ ਪਹਿਲਾ ਪੜ੍ਹ ਸਕਦੇ ਹੋ ਆ ਮੈਂ ਤੁਹਾਨੂੰ ਸਟਾਰ ਵਾਲੀ ਗੱਲ ਕਰਾਤੀ ਫਿਰ ਰੂਲ ਸੈਕੰਡ ਹੈ ਵੀ ਐਕਟਰ ਦਾ ਐਕਟਰੈਸ ਬੈਨੀਫੈਕਟਰ ਦਾ ਬੈਨੀਫੈਕਟਰੀ ਇਹ ਤੁਸੀਂ ਦੇਖ ਸਕਦੇ ਹੋ ਠੀਕ ਹੈ ਛੋਟੇ ਵਾਲੇ ਛੋਟੇ ਹੁੰਦੇ ਸੀ ਨਾ ਆਪਾਂ ਉਹ ਵਾਲੀ ਗੱਲਾਂ ਨੇ ਥੋੜੀ ਨਿਗਾਹ ਮਾਰਨੀ ਮਾਰ ਲਿਓ ਕੋਈ ਚੱਕਰ ਵਾਲੀ ਗੱਲ ਹੈ ਨਹੀਂ ਫੇਰਾ ਹ ਚੌਥੇ ਜਿਹਾ ਬਣਾਇਆ ਵੀ ਮੈਨ ਸਰਵੈਂਟ ਮੇਡ ਸਰਵੈਂਟ ਵਾਸ਼ਰਮੈਨ ਦਾ ਵਾਸ਼ਰੂਵਨ ਬੱਕ ਰੈਬਿਟ ਦਾ ਡੂਰ ਰੈਬਿਟ ਠੀਕ ਹੈ ਬਰਦਰ ਇਲਾ ਦਾ ਸਿਸਟਰ ਇਲਾ ਠੀਕ ਹੈ ਤੁਸੀਂ ਦੇਖ ਸਕਦੇ ਹੋ ਕੋਈ ਚੱਕਰ ਵਾਲੀ ਗੱਲ ਹੈ ਨਹੀਂ ਫਿਰ ਪੰਜਵੇਂ ਦਾ ਵੀ ਇਹੀ ਹੈ ਠੀਕ ਹੈ ਮੇਲ ਤੋਂ ਯਾਰ ਫੀਮੇਲ ਫੀਮੇਲ ਤੋਂ ਮੇਲ ਬਣਾ ਰਿਹਾ ਠੀਕ ਹੈ ਹੋਰ ਕੁਝ ਨਹੀਂ ਸ਼ੀਪ ਇਵਰ ਠੀਕ ਹੈ ਤੇ ਨਾਉਨ ਨਾ ਨੰਬਰ ਆ ਗਏ ਹੁਣ ਸਿੰਗੂਲਰ ਤੋਂ ਪਲੂਰਲ ਬਣਾ ਰਿਹਾ ਯਾਰ ਹੋਰ ਕੁਝ ਨਹੀਂ ਠੀਕ ਹੈ ਵੈਸੇ ਜੈਸ ਲਗਾ ਕੇ ਯਾਰ ਹੋਰ ਕੀ ਹੈ ਯਾਰ ਬਸ ਦਾ ਬਸਰ ਬਣਾ ਰਿਹਾ ਠੀਕ ਹੈ ਪਹਿਲਾਂ ਕੀ ਕਰਾਇਆ ਮੇਲ ਤੋਂ ਫੀਮੇਲ ਬਣਾ ਰਿਹਾ ਹੁਣ ਪਲੂਰਲ ਬਣਾ ਰਿਹਾ ਠੀਕ ਹੈ ਬਹੁਵਚਨ ਬਣਾ ਪਹਿਲਾਂ ਲਿੰਗ ਬੁਲਿੰਗ ਚੇਂਜ ਕਰ ਰਹੇ ਸੀਗਾ ਹੁਣ ਬਹੁਵਚਨ ਬਣਾ ਰਿਹਾ ਠੀਕ ਹੈ ਆ ਦੇਖੋ ਜਿਵੇਂ ਬਸ ਦਾ ਬਸਸ ਬਣਾਤਾ ਵਾਚ ਦਾ ਵਾਚਸ ਬਣਾਤਾ ਐਸ ਦਾ ਐਸਸ ਬਣਾਤਾ ਠੀਕ ਹੈ ਦੇਖ ਲਓਗੇ ਕੋਈ ਖਾਸ ਗੱਲ ਹੈ ਨਹੀਂ ਇੱਕ ਤੁਸੀਂ ਨਾ ਇਹਨੂੰ ਐਕਸੈਪਸ਼ਨ ਹੈ ਨਾ ਜਿਹੜੀ ਆਹਾ ਵਾਲੀ ਧਿਆਨ ਚ ਰੱਖੋ ਬਲੀਵ ਆ ਥੋੜਾ ਪੇਪਰ ਚ ਆਇਆ ਹੋਇਆ ਦਾ ਪਲੂਰਲ ਬਲੀਵਸ ਠੀਕ ਹੈ ਥੋੜਾ ਧਿਆਨ ਰੱਖਿਓ ਥੋੜੀ ਨਿਗਾ ਜ਼ਰੂਰ ਮਾਰ ਲਿਓ ਠੀਕ ਹੈ ਕੋਈ ਉਹ ਨਿਗਾ ਹਰ ਨਹੀਂ ਨਿਗਾ ਮਾਰਦੇ ਐਨਾ ਸੌਖਾ ਵੀ ਨਹੀਂ ਸਮਝਣਾ ठीक है छोटे होंगे आप याद कर रहे हो पर फिर भी एक निगाह जरूर मार हो ओके अठवें रूल ची स्टार लाओ ये आओ पेपर च ठीक है ठीक है सुनो मैं थोड़ा गल दसदा ब्रदर इन ला सिस्टर इन ला ठीक है साला साली ठीक है ठीक है एक होर कह फादर इन ला ठीक है अच्छा फिर मैं कह कमांडर इन चीफ बहुत इंपॉर्टेंट है भी ध्यान रखियो ਇੱਕ ਕੱਲ ਸੁਣੋ ਪਹਿਲਾ ਇਹ ਚੀਜ਼ ਨੂੰ ਤੁਸੀਂ ਜਾਣਦੇ ਹੋ ਆ ਜਿਹੜੀ ਮੈਂ ਲਿਖੀ ਹੈ ਇਹਨੂੰ ਜਾਣਦੇ ਤੁਸੀਂ ਆਏ ਤੇ ਆਹ ਐਸ ਆ ਪੋਸਟ ਆਫ ਐਸ ਕਹਿੰਦੇ ਇਹਨੂੰ ਜਿਹਦਾ ਮਤਲਬ ਆਫ ਹੋਈ ਹੁੰਦਾ ਠੀਕ ਹੈ ਜਾਂ ਪੋਸਟ ਆਫ ਐਸ ਜਾਂ ਆਫ ਇਹਨਾਂ ਦੋਹਾਂ ਦਾ ਸੇਮ ਈਨੀਿੰਗ ਹੁੰਦਾ ਠੀਕ ਹੈ ਜਾਂ ਤਾਂ ਮੈਂ ਕਹਦਾ ਮਾਈ ਵਾਈਫ ਦੀ ਕਾਰ ਠੀਕ ਹੈ ਮਤਲਬ ਮੇਰੀ ਘਰ ਵਾਲੀ ਦੀ ਕਾਰ ਗੱਡੀ ਜਾਂ ਮੈਂ ਕਹਦਾ ਦ ਕਾਰ ਆਫ ਮਾਈ ਵਾਈਫ ਗੱਲ ਕੀ ਹੈ ਸੇਮ ਹੈ ਆ ਗੱਲ ਕਲੀਅਰ ਹੈ ਵੀ ਅਪੋਸਟ ਆਫ ਐਸ ਤੇ ਆਫ ਕੀ ਨੇ ਸੇਮ ਚੀਜ਼ਾਂ ਨੇ ਯੂਜ਼ ਇਦਾਂ ਕਰੀਦਾ ਹੁੰਦਾ ਠੀਕ ਹੈ ਠੀਕ ਹੈ ਕੀ ਦੱਸਦਾ ਇਹ ਪੋਜੇਸ਼ਨ ਦੱਸਦਾ ਹੈ ਪੋਜੇਸ਼ਨ ਵੀ ਕੀ ਦੀ ਹੈ ਇਹ ਚੀਜ਼ ਓਕੇ ਓਕੇ ਹੁਣ ਆਪਾਂ ਇਹਦੇ ਸਿੱਖਦੇ ਆ ਜਿਹੜੇ ਇਹੇ ਜਿਹੇ ਸ਼ਬਦ ਹੁੰਦੇ ਨਾ ਬ੍ਰਦਰ ਇਨ ਲਾ ਸਿਸਟਰ ਇਨ ਲਾ ਫਾਦਰ ਇਨ ਲਾ ਕਮਾਂਡਰ ਇਨ ਚੀਫ ਆਂ ਜੀ ਆ ਲੈਣਾ ਇਹਨਾਂ ਨੂੰ ਮੈਂ ਤੇ ਇੱਕ ਦਾ ਤੁਹਾਨੂੰ ਪਲੂਰਲ ਕਿਵੇਂ ਬੰਦਦੇ ਆ ਤੇ ਇੱਕ ਤੁਹਾਨੂੰ ਅਪੋਸਟ ਆਫ ਐਸ ਲਗਾਣੀ ਸਿਖਾਣਾ ਠੀਕ ਹੈ ਪਲੂਰਲ ਤੁਸੀਂ ਕਿਵੇਂ ਬਣਾਣਾ ਬ੍ਰਦਰ ਇਨ ਲਾ ਦਾ ਪਲੂਰਲ ਤੁਸੀਂ ਕਿਵੇਂ ਬਣਾਓਗੇ ਠੀਕ ਹੈ ਹੁਣ ਐਸ ਲਗਾਣੇ ਹੁੰਦੇ ਆਪਾਂ ਹੁਣ ਕੁਐਸਚਨ ਆਉਂਦਾ ਵੀ ਐਸ ਕਿੱਥੇ ਲਗਾਈਏ ਇੱਥੇ ਲਗਾਈਏ ਇੱਥੇ ਲਗਾਈਏ ਕਿ ਇੱਥੇ ਲਗਾਈਏ ਤਾਂ ਪਲੂਰਲ ਬਣਾਉਣ ਵੇਲੇ ਤੁਸੀਂ 브ਦਰਜ਼ ਤੁਸੀਂ 브ਦਰਜ਼ ਨੂੰ ਪਲੂਰਲ ਕਰ ਸਕਦੇ ਹੋ ਤਾਂ 브ਦਰਜ਼ ਇਨ ਲਾ ਕਹੋਗੇ ਠੀਕ ਹੈ ਪਲੂਰਲ ਬਣਾ ਰਿਹਾ ਮੈਂ ਇਹਨੂੰ ਠੀਕ ਹੈ ਉਹ ਵੀ ਸਿਸਟਰ ਇਨ ਲਾ ਨੂੰ ਕਿਵੇਂ ਪਲੂਰਲ ਬਣਾਓਗੇ ਸਿਸਟਰਜ਼ ਇਨ ਲਾ ਕਹੋਗੇ ठीक है सिस्टर इतने एस लगाया ठीक है फादर इन लॉ फादर इन लॉ तो वैसे एक ही होगा पर फिर भी ठीक है आप बनाने कि एस लगाओगे इथे एस लगाओगे फादरज इन ला ठीक है अच्छा कमांडर इन चीफ ये एस लगाओगे भी कमांडर इन चीफ ਠੀਕ ਹੈ ਸਮਝੇ ਮਤਲਬ ਜੀਡੀ ਚੀਜ਼ ਨੂੰ ਤੁਸੀਂ ਪਲੂਰਲ ਬਣਾ ਸਕਦੇ ਹੋ ਤੁਸੀਂ ਉੱਥੇ ਐਸ ਲਗਾਉਣੀ ਹੈ ਬ੍ਰਦਰ ਦੇ ਪਿੱਛੇ ਐਸ ਲਗਾ ਸਕਦੇ ਨਾ ਲਾ ਦੇ ਪਿੱਛੇ ਐਸ ਨਹੀਂ ਲਗਾ ਸਕਦੇ ਠੀਕ ਹੈ ਸਿਸਟਰ ਦੇ ਪਿੱਛੇ ਐਸ ਫਾਦਰ ਦੇ ਮਗਰ ਤੇ ਕਮਾਂਡਰ ਦੇ ਮਗਰ ਐਸ ਇਹ ਗੱਲ ਕਲੀਅਰ ਹੈ ਹੁਣ ਮੈਂ ਤੁਹਾਨੂੰ ਦੱਸਦਾ ਅਪੋਸਟੋਫ ਐਸੇ ਕਿਵੇਂ ਲਗਾਨੀ ਹੈ ਹੁਣ ਐਸੇ ਵਿੱਚ ਬ੍ਰਦਰ ਇਨ ਲਾ ਵਿੱਚੀ ਭਈ ਜਦੋਂ ਪਲੂਰਲ ਬਣਾਣਾ ਹੈ ਤਾਂ ਕਿੱਥੇ ਲਗਾਤੀ ਤੁਸੀਂ ਐਸ ਬ੍ਰਦਰਸ ਨਾਲ ਲਗਾਤੀ ਠੀਕ ਹੈ ਜੇ ਅਪੋਸਟੋਫ ਐਸ ਲਗਾਣੀ ਤਾਂ ਕਿੱਥੇ ਲਗਾਉਗੇ ਲਾਸਟ ਵਿੱਚ ਲਾਸ ਦੇ ਨਾਲ ਲਗਾਉਗੇ ਠੀਕ ਹੈ ਓੰਬੀ ਸਿਸਟਰ ਨਾਲ ਵੀ ਸਿਸਟਰ ਇਨ ਲਾ ਪਲੂਰਲ ਬਣਾਇਆ ਤਾਂ ਸਿਸਟਰ ਇੱਥੇ ਲਗਾਈ ਐ ਐਸ ਠੀਕ ਹੈ ਜੇ ਅਪੋਸਟੋਫ ਐਸ ਲਗਾਣੀ ਤਾਂ ਕਿੱਥੇ ਲਗੂ ਲਾਸ ਦੇ ਨਾਲ ਬ੍ਰਦਰ ਇਨ ਲਾਜ਼ ਸਿਸਟਰ ਇਨ ਲਾਜ਼ ਉਹਦੇ ਫਾਦਰ ਇਨ ਲਾਜ਼ ਉਹਦੇ ਕਮਾਂਡਰ ਇਨ ਚੀਫ ਦੇਖੋ ਇੱਥੇ ਅੱਠ ਨੰਬਰ ਰੂਲ ਵੀ ਮੈਂ ਤੁਹਾਨੂੰ ਦੋ ਰੂਲ ਦੱਸਤੇ ਇੱਥੇ ਕੱਲਾ ਇੱਕ ਰੂਲ ਹੀ ਦੱਸ ਰਿਹਾ ਠੀਕ ਹੈ ਆ ਦੇਖੋ ਸਿੰਗੂਲਰ ਹੈ 브్రਦਰ ਇਨ ਲਾ ਸਿੰਗੂਲਰ ਹੈ ਤਾਂ ਪਲੂਰਲ ਕਿਵੇਂ ਬਣਾਇਆ 브్రਦਰਜ਼ ਇਨ ਲਾ ਠੀਕ ਹੈ ਤੇ ਸੋਨੂੰ ਹੁਣ ਅਪੋਸਟ੍ਰੋਫ ਐਸ ਵੀ ਲਗਾਨੀ ਆਉਂਦੀ ਹੈ ਅਪੋਸਟ੍ਰੋਫ ਐਸ ਕਿੱਥੇ ਲਗੂ ਲਾਜ਼ ਇੱਥੇ ਲਗੂਗੀ ਓਕੇ ਓਕੇ ਦੂਜਾ ਵੀ ਬੈਡਰੂਮ ਬੈਡਰੂਮ ਸਿੰਗੂਲਰ ਹੈ ਇਹਨੂੰ ਕਿਵੇਂ ਪਲੂਰਲ ਬਣਾਵੋਗੇ ਬੈਡ rooms 에 팁ਸ 에ਸ ਲਗਾਉਗੇ ਠੀਕ ਹੈ ਧਿਆਨ ਚ ਰੱਖਿਓ ਵੀ ਹਰੇਕ ਸ਼ਬਦ ਅੱਡ ਅੱਡ ਚੇਂਜ ਹੋ ਰਿਹਾ ਕਮਾਂਡਰ ਇਨ ਚੀਫ ਤੁਸੀਂ ਕਰ ਲਿਆ ਕਿੱਥੇ ਐਸ ਲਗਾਉਗੇ ਕਮਾਂਡਰਜ਼ ਇਨ ਚੀਫ ਇੱਥੇ ਲਗਾਉਗੇ ਤੇ ਅਪੋਸਟ੍ਰੋਫ ਐਸ ਲਗਾਣੀ ਹੋਵੇ ਤਾਂ ਲਾਰਜੇ ਲਗਾਉਗੇ ਠੀਕ ਹੈ ਸਟੈਪ ਡਾਟਰ ਸਟੈਪ ਵੀ ਸਟੈਪ ਪਲੂਰਲ ਕਰ ਸਕਦੇ ਤੁਸੀਂ ਸਟੈਪਸ ਡਾਟਰ ਕਹਿ ਸਕਦੇ ਹੋ ਨਾ ਡਾਟਰ ਨੂੰ ਪਲੂਰਲ ਕਰ ਸਕਦੇ ਹੋ ਤਾਂ ਸਟੈਪ ਡਾਟਰਸ ਕਹੋ ओके मेड सर्वेंट मेड सर्वेंट ਕਿੱਥੇ ਅਸੀਂ ਲਗਾਉਗੇ ਸਰਵੈਂਟਸ ਸਰਵੈਂਟਸ ਨੂੰ ਜਿਹਨੂੰ ਪਲੂਰਲ ਕਰ ਸਕਦੇ ਉਹਨੂੰ ਪਲੂਰਲ ਕਰੋ ਠੀਕ ਹੈ ਉਹਦੇ ਪੀ ਹੈ ਨਾ ਠੀਕ ਹੈ ਪੀਕਾਕ ਹੈ ਪੀਕੌਕਸ ਬਣ ਗਿਆ ਪੀ ਪੀ ਹੈ ਨਾ ਪੀਐਨ ਬਣ ਗਿਆ ਆਸੇ ਮਦਰ ਇਨ ਲਾ ਤੇ ਸਿਸਟਰ ਇਨ ਲਾ ਠੀਕ ਹੈ ਮਦਰਸ ਇਨ ਲਾ ਬਣ ਗਿਆ ਤੇ ਸਿਸਟਰਸ ਇਨ ਲਾ ਬਣ ਗਿਆ ਆਪੋਸਟੋਫ ਐਚ ਕਿੱਥੇ ਲੱਗੂ ਲਾਸਟ ਵਿੱਚ ਲੱਗੂਗੀ ਓਕੇ ਓਕੇ ਮੈਂਬਰ ਆਫ ਪਾਰਲੀਮੈਂਟ ਕਿੱਥੇ ਪਲੂਰਲ ਲਗਾਉਗੇ ਬੀ ਐਸ ਮੈਂਬਰਸ ਦੇ ਵਿੱਚ ਮੈਂਬਰਸ ਆਫ ਪਾਰਲੀਮੈਂਟ ਓਕੇ ਜਿਹੜੇ ਆ ਆਹ ਲਾਸਟ ਵਾਲੇ ਤਿੰਨ ਐਨਾਂ ਨੂੰ ਅੱਡ ਦੇਖਿਓ ਧਿਆਨ ਰੱਖਿਓ ਇਹਨਾਂ ਦਾ ਅੱਡ ਓਕੇ ਮੈਨ ਹੇਟਰ ਇਹਦਾ ਪਲੂਰਲ ਕਿਵੇਂ ਬਣਾਉਗੇ ਮੈਨ ਹੇਟਰਸ ਬਣਾਉਗੇ ਵੈਸੇ ਤੁਹਾਨੂੰ ਜੀ ਕਰੂ ਵੀ ਇੱਥੇ ਮੈਨ ਨੂੰ ਪਲੂਰਲ ਕਰ ਸਕਦੇ ਆਪਾਂ ਤਾਂ ਇੱਥੇ ਈ ਲਗਾ ਦਿਓ ਨਾ ਤੇ ਇਹਨੂੰ ਯਾਦ ਰੱਖਣਾ ਇਹ ਅੱਡ ਸ਼ਬਦ ਨੇ ਤਿੰਨੇ ਠੀਕ ਹੈ ਮੈਨ ਹੇਟਰਸ ਇਹ ਉਹ ਬੰਦੇ ਜਿਹੜੇ ਮੁੰਡਿਆਂ ਬੰਦਿਆਂ ਨੂੰ ਹੇਟ ਕਰਦੇ ਨੇ ਤਾਂ ਹੇਟਰ ਤੇ ਇੱਥੇ ਐਂਡ ਚ ਐਸ ਲਗਾਈ ਹੈ ਊਮਨ ਲਵਰ ਊਮਨ ਲਵਰਜ਼ ਮੈਨ ਲਵਰ ਮੈਨ ਲਵਰਜ਼ ਇਹਨਾਂ ਨੂੰ ਵੱਡਾ ਧਿਆਨ ਚ ਰੱਖਿਓ ਠੀਕ ਹੈ ਸੋ ਨੂੰ ਪੇਪਰ 'ਚ ਇਹੀ ਆਊਗਾ ਬ੍ਰਦਰ ਇਲਾ ਸਿਸਟਰ ਇਲਾ ਮਦਰ ਇਲਾ ਇਹਨਾਂ ਵਿੱਚੋਂ ਆਜੂਗਾ ਜਾਂ ਕਮਾਂਡਰ ਨੀ ਚੀਫ ਆਜੂਗਾ ਓਕੇ ਵੀ ਸਮਝੇ ਗੱਲ ਦੱਸੋ ਚੱਲਾਂ ਮੈਂ ਨੋ ਨੰਬਰ ਹੈ ਵੀ ਨੋ ਨੰਬਰ ਵੀ ਪਲੂਰਲ ਚੇਂਜ ਕਰ ਰਿਹਾ ਮੈਨ ਦਾ ਮੈਨ ਬਣਾ ਰਿਹਾ ਫੂਟ ਦਾ ਫਿਟ ਬਣਾ ਰਿਹਾ ਮਾਊਸ ਦਾ ਮਾਈਸ ਬਣਾ ਰਿਹਾ ਗੂਸ ਦਾ ਗੀਜ਼ ਬਣਾ ਰਿਹਾ ਵੂਮਨ ਦਾ ਵੂਮਨ ਹੈ ਟੂਥ ਦਾ ਟੀਥ ਹੈ ਠੀਕ ਹੈ ਦੇਖ ਲਓ ਕੁਛ ਅੱਕਰ ਵਾਲੀ ਗੱਲ ਹੈ ਨਹੀਂ ਆਹ 10 ਨੰਬਰ ਹੈ ਵੀ ਚਾਈਲਡ ਸਿੰਗੂਲਰ ਹੈ ਚਿਲਡਰਨ ਹੈ ਆਕਸ ਸਿੰਗੂਲਰ ਹੈ ਤੇ ਇਹਦਾ ਆਕਸ ਨਾ ਇਹ ਪੇਪਰ ਚ ਆਇਆ ਸੀ ਵੀ ਤਾਂ ਆਇਆ ਰੱਖਿਓ ਆਕਸ ਦਾ ਇਹ ਪੇਪਰ ਚ ਆਇਆ ਸੀ ਪਿੱਛੇ ਜੇ ਆਇਆ ਸੀ ਪੇਪਰਿਕਾ ਆਕਸ ਨਾ ਉਹਨੇ ਪਲੂਰਲ ਆਕਸਸ ਬਣਾ ਰੱਖਿਆ ਸੀ ਤਾਂ ਅੱਧੀ ਜੰਕਾ ਜਨਤਾ ਨਾ ਆਕਸਸ ਸਹੀ ਕਰਕੇ ਆਈ ਸੀ तो ऑक्सन होंगे भी दा, प्लूरल ठीक है ध्यान रखनी गल ओके ऑक्सस नहीं हूं ठीक है ठीक है अच्छा चलो अगे आप होंगे ब्रदर ठीक है ब्रदरज कह लो एक होंगे ब्रैदरन उरे ई हों बन ਠੀਕ ਹੈ ਠੀਕ ਹੈ ਬ੍ਰਦਰਤਾ ਹੋ ਗਿਆ ਸਕੇ ਭਾਈ ਭਰਾ ਠੀਕ ਹੈ ਮੈਂ ਮੇਰਾ ਭਾਈ ਆਪ ਅਸੀਂ ਕੀ ਹੈ ਬ੍ਰਦਰ ਜ਼ਾਂਗੇ ਠੀਕ ਹੈ ਬ੍ਰਦਰਨ ਕੀ ਹੁੰਦਾ ਬ੍ਰਦਰਨ ਹੁੰਦਾ ਭਾਈਚਾਰਾ ਠੀਕ ਹੈ ਹੁਣ ਚਿੰਟੂ ਹੈ ਮੈਂ ਮੈਂ ਕਿਹਾ ਵੀ ਚਿੰਟੂ ਆਪਦਾ ਯਾਰ ਬ੍ਰਦਰਨ ਹੈ ਯਾਰ ਭਾਈਚਾਰਾ ਆਪਣੇ ਜੀ ਠੀਕ ਹੈ ਚਿੰਟੂ ਦੀ ਮੰਮੀ ਅੱਡਾ ਮੇਰੀ ਮੰਮੀ ਅੱਡਾ ਠੀਕ ਹੈ ਤਾਂ ਇਹ ਕੀ ਆਪਾਂ ਅਸੀਂ ਇੱਕ ਦੂਜੇ ਨੂੰ ਬ੍ਰਦਰਸ ਨਹੀਂ ਕਹਿ ਸਕਦੇ ਅਸੀਂ ਇੱਕ ਦੂਜੇ ਨੂੰ ਕੀ ਕਹਾਂਗੇ ਬ੍ਰਦਰਨ ਕਹਾਂਗੇ भाईचारा भी साढ़े चे ठीक है समझ मेरी गल है ठीक है कलोथ कलॉथ का वैसे कपड़ा ठीक है, है एक हमोथस पिछे एस लगी है, एक हों कलोथ होंगी है बिना एस वाला ई आला सॉरी ए ई एस वाला ठीक है जरा सीधा एस लगी होंगी है ये हूं ज ਕੁਰਤੇ ਪਜਾਮੇ ਵਾਸਤੇ ਇੱਕ ਪਰੇ ਲੈ ਕੇ ਆਉਂਦੇ ਹੁੰਦੇ ਹਨ ਅਨਸਟਿਚਸ ਅਨਸਟਿਚਡ ਠੀਕ ਹੈ ਜਿਹੜਾ ਸਿਵਨ ਹੁੰਦਾ ਕੱਲਾ ਕਪੜਾ ਲੈ ਕੇ ਆਨੇ ਆਪਾਂ ਉਹ ਕਲੋਥ ਹੁੰਦਾ ਇਹ ਠੀਕ ਹੈ ਕੁਰਤੇ ਪਜਾਮੇ ਵਾਸਤੇ ਆਪਾਂ ਆਹ ਲੈ ਲਿਆ ਵੀ 3 ਮੀਟਰ ਕਪੜਾ ਲੈ ਲਿਆ 4 ਮੀਟਰ ਕਪੜਾ ਲੈ ਲਿਆ ਉਹ ਕੀ ਹੈ ਕਲੋਥਸ ਆਹ ਤੇ ਇਹਸ ਵਾਲਾ ਕਲੋਥ ਕਿਹੜਾ ਹੈ ਇਹ ਰੈਡੀਮੇਡ ਗਾਰਮੈਂਟ ਹੁੰਦੇ ਨੇ ਰੈਡੀमेड ਗਾਰਮੈਂਟ ਠੀਕ ਹੈ ਤੁਸੀਂ ਜੀਨਸ ਲਿਆ ਏ ਠੀਕ ਹੈ ਪਜਾਮਾ ਲਿਆ ਏ ਠੀਕ ਹੈ ਜਿਹੜਾ ਵੀ ਹੈ ਇਹ ਕਲੋਥ ਹੁੰਦਾ ਹੈ ਹੁਣ ਧਿਆਨ ਰੱਖਿਓ ਤੁਸੀਂ ਗਲਤੀਆਂ ਕਿੱਡਣੀਆਂ ਬਾਜ਼ਾਰ 'ਚ ਜਾਂਦੇ ਹੁੰਦੇ ਹੋ ਨਾ ਤਾਂ ਉਹਨਾਂ ਦੇ ਦੁਕਾਨ ਦੇ ਮਗਰ ਉੱਤੇ ਲਿਖਿਆ ਹੁੰਦਾ ਵੀ ਹਾਂ ਫਲਾਨਾ ਫਲਾਨਾ ਗਾਰਮੈਂਟ 'ਚ ਫਲਾਨਾ ਕਲੋਥਸ ਲਿਖਿਆ ਹੁੰਦਾ ਤਾਂ ਤੁਸੀਂ ਚੈੱਕ ਕਰਿਓ ਕਲੋਥ ਆ ਲਿਖਿਆ ਹੈ ਕੀ ਆਹ ਲਿਖਿਆ ਠੀਕ ਹੈ ਧਿਆਨ ਧਿਆਨ ਰੱਖਿਓ ਮੜਾ ਜਾਣਾ ਜੇ ਇਹ ਲਿਖਿਆ ਤੇ ਵਿੱਚ ਹੀ ਰੈਡੀਮੇਡ ਜਾਂਦਾ ਤਾਂ ਉਹਨੂੰ ਕਹੋ ਵੀ ਆਹ ਵੀ ਬੋਰਡ ਸਹੀ ਕਰਾ ਗਲਤ ਹੈ ਠੀਕ ਹੈ ਠੀਕ ਹੈ अच्छा और शब्द है, है भी डाई डाई ਤਾਂ ਮਰਨਾ ਹੁੰਦਾ ਵੈਸੇ ਹੈਨਾ ਠੀਕ ਹੈ ਇਹ ਹੁੰਦਾ ਡਾਈਜ਼ ਇਹਦੇ ਮੈਂ ਅਸ ਲਗਾ ਦਾਂ ਡਾਈਜ਼ ਇਹ ਕੀ ਹੁੰਦਾ ਵੀ ਡਾਈਜ਼ ਇਹ ਤਾਂ ਹੁੰਦੀ ਯਾਰ ਸ਼ਾਈ ਨੂੰ ਕਹਿੰਦੇ ਨੇ ਡਾਈਜ਼ ਨਹੀਂ ਕਰਦੇ ਹੁੰਦੇ ਠੀਕ ਹੈ ਜਬ ਮੋਰਾ ਨੂੰ ਵੀ ਕਹਿੰਦੇ ਨੇ ਠੀਕ ਹੈ ਮੋਰਾ ਨੂੰ ਕਹਿੰਦੇ ਨੇ ਵੀ ਠੀਕ ਹੈ ਠੀਕ ਹੈ ਇਹ ਹੁੰਦੀ ਹੈ ਡਾਈਜ਼ DIC. डाइस एई त थोनू ਪਤਾ ਉਹ ਕਯੂਬ ਜਾਂ ਹੁੰਦਾ ਨਾ 6 ਬਨੇ ਹੁੰਦੇ ਬਿੰਦੀਆਂ ਇਹ ਲੱਗੀਆਂ ਹੁੰਦੀਆਂ ਉਹ ਡਾਈਸ ਐ ਇਹ ਸਿੰਪਲ ਜੀ ਗੱਲ ਐ ਓਕੇ ਇਕ ਹੁੰਦਾ ਇੰਡੈਕਸ ਇੰਡੈਕਸ ਦਾ ਤੁਹਾਨੂੰ ਪਤਾ ਹੀ ਹੈ ਕੀ ਹੁੰਦਾ ਠੀਕ ਐ ਠੀਕ ਐ ਭਾਈ ਚਲੋ ਆਪਾਂ ਅੱਗੇ ਚੱਲਦੇ ਆ ਆਪਾਂ ਆਹ ਕਰਿਆ ਸੀ ਬ੍ਰਦਰ ਦਾ ਨਾ ਬ੍ਰਦਰਸ ਬ੍ਰਦਰ ਮੈਂ ਕਹਿ ਸਕੀ ਪ੍ਰਾਪ ਪ੍ਰਾਪ ਹੁੰਦੇ ਨੇ ਠੀਕ ਐ ਤੇ ਬ੍ਰਦਰਨ ਭਾਈਚਾਰ ਆਉਂਦਾ ਠੀਕ ਹੈ ਉਹੀ ਆਪਾਂ ਯਾਰ ਦੋਸਤਾਂ ਨੂੰ ਕਹਿ ਦਿੰਦੇ ਆ ਵੀ ਤੂੰ ਤਾਂ ਮੇਰਾ ਭਾਈ ਆ ਯਾਰ ਠੀਕ ਹੈ ਉਹ ਬ੍ਰਦਰਨ ਹੈ ਕਲੋਥ ਕੱਪੜਾ ਸੀ ਕਲੋਥ ਕੀ ਸੀ ਅਨਸਟੀਚਡ ਕਲੋਥ ਜਿਹੜਾ ਸਿਆ ਨਹੀਂ ਹੋਇਆ ਸੀ ਕਲਾ ਕੱਪੜਾ ਤੇ ਈਐਸ ਨਾਲ ਆਪਾਂ ਪਾਤਾ ਤਾਂ ਕੀ ਹੋ ਗਿਆ ਰੈਡੀ ਵੈਡ ਗਾਰਮਨ ਬਣ ਗਏ ਠੀਕ ਹੈ ਠੀਕ ਹੈ ਫਿਰ ਡਾਈ ਬਾਰੇ ਵੀ ਦੱਸਿਆ ਸੀ ਡਾਈ ਮਰਨਾ ਹੁੰਦਾ ਵੈਸੇ ਤੇ ਇਹ ਦੇਮਗਰ ਐਸ ਪਾਦਾ ਡਾਈਸ ਤਾਂ ਇਹ ਕੀ ਬਣ ਗਿਆ ਸਟੈਂਪ ਫਾਰ ਪ੍ਰਿੰਟਿੰਗ ਐਂਡ ਕੋਇਨਿੰਗ ਠੀਕ ਹੈ ਮੋਰ ਬਣ ਗਈ ਤੇ ਇਹ ਡਾਈਸ ਸੀ ਵਾਲੀ ਇਹ ਤੁਹਾਨੂੰ ਪਤਾ ਵੀ ਜਿਹਦੇ ਨਾਲ ਤੁਸੀਂ ਉਹ ਲੂਡੋ ਖੇਡਦੇ ਹੁੰਦੇ ਹੋ ਠੀਕ ਹੈ ਇੰਡੈਕਸ ਇੰਡੈਕਸ ਤੁਹਾਨੂੰ ਪਤਾ ਕਾਪੀ ਵਾਲਾ ਪਿੱਛੇ ਐਕਸ ਵਾਲਾ ਦਾ ਟੇਬਲ ਆਫ ਕੰਟੈਂਟ ਇਨ ਦਾ ਬੁక్స్ ਵੀ ਜਾਦਾ ساری ਉਹ ਹੈ ਇੰਡੈਕਸ ਦਾ ਮਤਲਬ ਕਿਤਾਬ ਵਿੱਚ ਕੀ ਕੁਝ ਦਿੱਤਾ ਹੋਇਆ ਉਹ ਇੰਡੈਕਸਸ ਹੈ ਇੰਡੀਸਸ ਇੰਡੀਸ ਕੀ ਹੁੰਦਾ ਹੈ ਇਹ ਚੈਪਟਰ ਹੁੰਦਾ ਵੀ 3rd and indices ਉਹਦੇ ਵਿੱਚ ਮੈਥ ਵਿੱਚ ਠੀਕ ਹੈ ਜੇ ਮੈਂ ਕਹਿੰਦਾ 2 ਦੀ ਪਾਵਰ 426 ਹੈ ਇਹ ਕੀ ਹੈ ਇੰਡੀਸਸ ਬਣ ਗਿਆ ਠੀਕ ਹੈ ਕਿਸੇ ਦੀ ਆ ਪਾਵਰ ਚੜਾਦਾ ਮੈਂ ਠੀਕ ਐ x ਦੀ ਪਾਵਰ 2 26 ਕਹਿਦਾ ਮੈਂ ਇਹ ਕੀ ਹੈ ਇੰਡੈਕਸ ਹੈ ਠੀਕ ਹੈ ਠੀਕ ਹੈ ਅੱਗੇ ਵੀ h ਸਟਾਰ ਲਾਣਾ ਤੁਸੀਂ ਬਹੁਤ ਧਿਆਨ ਨਾਲ ਯਾਦ ਰੱਖਣਾ ਪੇਪਰ 'ਚ ਆਉਂਦਾ ਹੁੰਦਾ ਇਹ ਠੀਕ ਹੈ ਵੈਸੇ ਤਾਂ ਆਪਾਂ ਸਿੰਗੂਲਰ ਤੋਂ ਪਲੂਰਲ ਐਸ ਜਾਂ ਈਸ ਲਗਾ ਕੇ ਆਪਾਂ ਬਣਾ ਦਿੰਨੇ ਆਗੇ ਹੈ ਨਾ ਨਾਰਮਲ ਸ਼ਬਦ ਇਹ ਇਹ ਜਿਹੇ ਸ਼ਬਦ ਨੇ ਜਿਹੜੇ ਅੱਧ ਤਰ੍ਹਾਂ ਨਾਲ ਬਣਦੇ ਨੇਗੇ ਤਾਂ ਧਿਆਨ ਰੱਖਣਾ ਤੁਸੀਂ ਦੇਖੋ ਵੀ ਜਿਹੜਾ ਡਾਟਾ ਡਾਟਾ ਸੁਣਿਆ ਨਾ ਤੁਸੀਂ ਡਾਟਾ ਉਹ ਪਲੂਰਲ ਹੈ ਇਹਦੀ ਸਿੰਗੂਲਰ ਫਾਰਮ ਕਿਹੜੀ ਹੋਊਗੀ ਡੈਟਮ ਹੋਊਗੀ ਓਵਾ ਓਵਾ ਪਲੂਰਲ ਹੈ ਸਿੰਗੂਲਰ ਫਾਰਮ ਉਹਦੀ ਓਵਾ ਮਹ ਡਿਕਟਾ ਡਿਕਟਾ ਸਿੰਗੂਲਰ ਹੈ ਇਹਦੀ ਸੌਰੀ ਪਲੂਰਲ ਹੈ ਡਿਕਟਾ ਸਿੰਗੂਲਰ ਫਾਰਮ ਕੀ ਹੈ ਦੀ ਡਿਕਟਮ ਹੈ ਠੀਕ ਹੈ ਪੇਪਰ 'ਚ ਆਉਂਦੇ ਤਿਆਰ ਰੱਖਣਾ ਬੰਮਰੈਂਡਾ ਬਹੁਤ ਆਇਆ ਅਭੀ ਮੋਮਰੈਂਡਮ ਤੁਸੀਂ ਸੁਣਾਉਗਾ ਮੋਮਰੈਂਡਮ ਬਹੁਤ ਸੁਣਨ ਨੂੰ ਮਿਲਦਾ ਹੈ ਮੋਮਰੈਂਡਮ ਸਿੰਗੂਲਰ ਹੈ ਤੇ ਇਹਦਾ ਪਲੂਰਲ ਕੀ ਹੈ ਮੋਮਰੈਂਡਾ ਠੀਕ ਹੈ ਮੋਬਰੈਂਡਾ ਇਹ ਪਾਈ ہوئی ਹੈ ਠੀਕ ਹੈ ਸਟ੍ਰੇਟਾ ਪਲੂਰਲ ਹੈ ਸਟ੍ਰੇਟਮ ਸਿੰਗੂਲਰ ਹੈ ਅ ਜੈਂਡਾ ਬਹੁਤ ਆਉਂਦਾ ਹੁੰਦਾ ਵੀ ਦੇਖੋ ਏਜੈਂਡਾ ਓਏ ਏਜੈਂਡਾ ਏਜੈਂਡਾ ਕੀ ਹੈ ਪਲੂਰਲ ਹੈ ਵੀ ਤਾਂ ਜੇ ਏਜੈਂਡਾ ਸ਼ਬਦ ਆ ਗਿਆ ਤਾਂ ਤੁਸੀਂ ਪਲੂਰਲ ਵਰਬ ਲਗਾਨੀ ਹੈ तो यदा सिंगुलर की होगा भी सिर्फ एक ऐजेंडा एक ही है ठीक है एक देश है तो वह सिंगुलर है एजेंडम भी समझे हेलो ध्यान न डाटा ये ध्यान रखना डाटा मोमरेंडा तो एजेंडा ये तिना चुगा पेपर च डाटा प्लूरल है भी मोमरेंडा प्लूरल है एजेंडा प्लूरल है ओके ओके ਇਹ ਤਾਂ ਨਾਰਮਲ ਅਜ਼ਾਇਰਮ ਦਾ ਜ਼ਾਇਲਮ ਬਣ ਗਿਆ ਠੀਕ ਹੈ ਇਹਨੂੰ ਧਿਆਨ ਚ ਰੱਖਿਓ ਵੀ ਆਹ ਵੀ ਪੇਪਰ ਚੋਂ ਹੁੰਦਾ ਹੈ ਰੇਡੀਅਸ ਰੇਡੀਅਸ ਸੁਣਿਆ ਨਾ ਤੁਸੀਂ ਰੇਡੀਅਸ ਹੋ ਚਾ ਆਪਾਂ ਕਰਿਆ ਸੀਗਾ ਮੈਂਸਚਰੇਸ਼ਨ ਚੈਪਟਰ ਵਿੱਚ ਰੇਡੀਅਸ ਸਿੰਗੂਲਰ ਹੈ ਤੇ ਰੇਡੀਆ ਹੀ ਪਲੂਰਲ ਹੈ ਹੁਣ ਉਥੇ ਤੁਹਾਨੂੰ ਯਾਦ ਹੋਵੇ ਮੈਂ ਸ਼ਾਇਦ ਦੱਸਿਆ ਵੀ ਸੀਗਾ ਤੇ ਕਰਾਉਂਦਾ ਜਦੋਂ ਚੈਪਟਰ ਦੀਗਾ ਠੀਕ ਹੈ ਜਦੋਂ ਉਹ ਦੋ ਰੇਡੀਅਸ ਦੀ ਗੱਲ ਕਰਦਾ ਤਾਂ ਉਹ ਰੇਡੀਆ ਹੀ ਲਿਖਦਾ ਹੁੰਦਾ ਜਦੋਂ ਇੱਕੋ ਰੇਡੀਅਸ ਹੈ ਇੱਕੋ ਸਰਕਲ ਦੀ ਗੱਲ ਕਰਦਾ ਫਿਰ ਉਹ ਰੇਡੀਅਸ ਲਿਖਦਾ ਹੈ ठीक है सिलेबस हो सिलेबस ध्यान च बहुत ध्यान ਨਾਲ सिलेबस सिलेबस प्लूरल है सॉरी सिंगुलर है सिलेबस ठीक है तो प्लूरल पलूरल की होगा भी होगा ठीक है भी ध्यान च रखनी है गल ये फिर भी आ नॉर्मल एनालिसिस द एनालिसिस बन गया क्राइसिस द क्राइसिस बन गया ठीक है हाइपोथेसिस द हाइपोथेसिस बन गया ठीक है ਤੇ ਪੁੱਠੀ ਥੀਸਿਸ ਤੇ ਨਾਲ ਕਿ ਉਹ ਥੋੜਾ ਥੀਸਿਸ ਦਾ ਥੀਸਿਸ ਪਾ ਲਿਆ ਇਹਨੂੰ ਸਟਾਰ ਲਾਓ ਵੀ ਇਹ ਵੀ ਇਹਨਾਂ ਵਿੱਚ ਹੀ ਆਉਂਦੀ ਹੈ ਫੀਨੋਮੀਨਾ ਫੀਨੋਮੀਨਾ ਸਿੰਗੂਲਰ ਹੈ ਵੀ ਫੀਨੋਮੀਨ ਸੋ ਨਾ ਤੁਸੀਂ ਨਾ ਫੀਨੋਮੀਨਾ ਪਲੂਰਲ ਹੈ ਕ੍ਰਾਈਟੇਰੀਆ ਤੁਸੀਂ ਸੁਣਿਆ ਹੋਊਗਾ ਕ੍ਰਾਈਟੇਰੀਆ ਇਹ ਪਲੂਰਲ ਸ਼ਬਦ ਹੈ ਵੀ ਇਹਦਾ ਸਿੰਗੂਲਰ ਸ਼ਬਦ ਕ੍ਰਾਈਟੇਰੀਅਨ ਹੈ ਬਈ ਮੇਰੀ ਗੱਲ 'ਤੇ ਧਿਆਨ ਦੇ ਰਿਹਾ ਹੋਣਾ ਹੈ ਠੀਕ ਹੈ ठीक है थोड़े माइक ऑन करो अच्छा डाटा की है डाटा सिंगुलर है कि प्लूरल है बोलो डाटा प्लूरल है डाटा प्लूरल है तो सिंगुलर की है डाटा का डेटम डाटम हाँ बोलो भी बोल दो ना ठीक है ओवा की या ओवा सिंगुलर है कि प्लूरल है सो ओवा प्लूरल है तो ये सिंगुलर की है ओवम ओवम मोमरेंडम मोमरेंडम सिंगुलर की प्लूरल है so, ਸਿੰਗਲਰ ਸਿੰਗਲਰ ਤੇ ਇਹਦਾ ਪਲੂਰਲ ਕੀ ਹੈ ਓਮਬਰੇਂਡਾ ਓਮਬਰੇਂਡਾ ਠੀਕ ਹੈ ਅਜੈਂਡਾ ਅਜੈਂਡਾ ਸਿੰਗਲਰ ਹੈ ਕਿ ਪਲੂਰਲ ਹੈ ਪਲੂਰਲ ਹੈ ਇਹਦਾ ਸਿੰਗਲਰ ਕੀ ਹੋਗਾ ਅਜੈਂਡਾ ਹਾਂ ਸਟ੍ਰੈਟਾ ਪਲੂਰਲ ਸਟ੍ਰੈਟਮ ਸਿੰਗੂਲਰ ਠੀਕ ਹੈ ਡਿਕਟਾ ਇਹ ਵੀ ਪੇਪਰ ਚ ਆਇਆ ਹੋਇਆ ਵੀ ਡਿਕਟਾ ਡਿਕਟਮ ਸਿੰਗੂਲਰ ਹੈ ਡਿਕਟਾ ਪਲੂਰਲ ਓਕੇ ਓਕੇ ਰੇਡੀਅਸ ਸਿੰਗਲਰ ਕਿ ਪਲੂਰਲ सिंगुलर दी रेडिया इज प्लूरल है ना सिलेबस ਤੁਹਾਡਾ ਸਿਲੇਬਸ ਕੀ ਹੈ ਵੀ ਸਿੰਗੂਲਰ ਹੈ ਹਾਂ ਤੇਸ ਲਈ ਵੀ ਹੈ ਨਾ ਪਲੂਰਲ ਪਲੂਰਲ ਠੀਕ ਹੈ ਉਹ ਵੀ ਕ੍ਰਾਈਟੇਰੀਆ ਇਸ ਪਲੂਰਲ ਆਕਰ ਕ੍ਰਾਈਟੇਰੀਆ ਸਿੰਗੂਲਰ ਕ੍ਰਾਈਟੇਰੀਆ ਨਾ ਸਿੰਗੂਲਰ ਆ ਫੀਨੋਮਿਨਨ ਸਿੰਗੂਲਰ ਅਤੇ ਫੀਨੋਮੀਨਾ ਪਲੂਰਲ ਹੈ ਠੀਕ ਹੈ ਵੀ ਗੱਲ ਗੱਲ ਇੱਥੇਾਂ ਚ ਰੱਖਿਓ ਪੇਪਰ 'ਚ ਬਹੁਤ ਆਉਂਦੀ ਹੈ ਓਕੇ ਵੀ ਚੱਲ ਆ ਗਏ ਮੈਂ ਹੈਂ हाँ जी सो ठीक है लो भी देखो आ फिर अगला है कोई खास तो नहीं है पर फिर भी ठीक है क्यू नाउ आर ऑफ एगल लैटर ए डिजिट और सम वर्ड कुछ नहीं सिंपल जी गल है जिम्मे इफ है इफ का पलूरल की होगा इफ्स होगा पिछे एस लाती बस हम तो सारा जी इफ का पलूरल की हो सकता है बी यूज करनी है इंग्लिश जिम्मे भी यूज हो सकती है आपाबी आप से नहीं कहते भी तेरे तो जे नहीं मुकते मतलब भी भी जे ए होगा ता मैं करूँगा भी तेरे तो जे ही नहीं मुकते बहाने नहीं मुकते ठीक है तो वह कहता इफ है एक बहाना इफ्स है तो कई बहाने ने ठीक है पंजे मैं कहता पिछे फाइव एस लगाता कि कई पाँच हो गए पाँ 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 ठीक है बी ए एक बी ए पिछे एस लगा कई बीए, कई बीए कित्ते हुए स्टूडेंट्स ने डिग्री डिग्री होल्डर ने ठीक है वो भी एम ए है वो भी 10 दस्या है दस्या हुआ है वो भी ए टी एम टी एम पी यू पी एस ठीक है सिंपली गलत कुछ नहीं है, खास कुछ नहीं है बस तु बी एफ पंज एम एन रखना और कुछ नहीं अगले स्टार लाओ बहुत पेपर चाहिए उ ठीक है स्टार आई ध्यान ਗੱਲ ਤਾਂ ਪੂਰੀ ਇੱਟ ਬਾਰੀ ਰੱਖਣੀ ਹੈ ਤੁਸੀ ਵੈਸੇ ਜਿਹੜਾ ਸਾਰਾ ਪੜਾਇਆ ਸਾਰੀ ਧਿਆਨ ਚ ਰੱਖਣੀ ਹੈ ਠੀਕ ਹੈ ਰਿਵੀਜ਼ਨ ਜ਼ਰੂਰ ਕਰਨੀ ਹੈ ਜੋ ਕੋ ਠੀਕ ਹੈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਹੁਣ ਦੇਖੋ ਕਈ ਚੀਜ਼ਾਂ ਹੁੰਦੀਆਂ ਨੇ ਆਪਾਂ ਕਹਿ ਦਿੰਦੇ ਆ ਕਿ ਕਿਸੇ ਅੱਖਰ ਮਗਰ ਆਪਾਂ ਐਸ ਜਾਂ ਈ ਐਸ ਐਡ ਕਰਦੇ ਹਾਂ ਉਹ ਪਲੂਰਲ ਬਣ ਜਾਂਦੀ ਹੈ ਹੈਨਾ ਹਾਂਜੀ ਪਰ ਹਮੇਸ਼ਾ ਹੀ ਨਹੀਂ ਹੁੰਦਾ ਕਿਸੇ ਅੱਖਰ ਮਗਰ ਐਸ ਜਾਂ ਈ ਐਸ ਲਗਾ ਕੇ ਕਈ ਵਾਰ ਉਹਦਾ ਸਾਰਾ ਮਤਲਬ ਹੀ ਚੇਂਜ ਹੋ ਜਾਂਦਾ ਹੈ ਠੀਕ ਹੈ ਇਹ ਉਹ ਵਾਲੇ ਸ਼ਬਦ ਨੇ ਦੇਖੋ ਜਿਵੇਂ 에어 ਹੈ 에어 ਕੀ ਹੁੰਦੀ ਹੈ ਹਵਾ ਹੈ ਨਾ ਇਹਦੇ ਮਗਰ ਮੈਂ ਐਸ ਪਾ ਪਾਣਾ 에어 ਦੇ ਕਹਿਦਾ ਤੇ ਦਾ ਮਤਲਬ ਕੀ ਹੋ ਜਾਂਦਾ ਪਾਡੀ ਮਾਰਨਾ ਹੋ ਜਾਂਦਾ ਫੂਕਰੀ ਮਾਰਦਾ ਵੀ ਠੀਕ ਹੈ ਠੀਕ ਹੈ ਰਿਟਰਨ रिटर्न ਕੀ ਹੁੰਦਾ ਵਾਪਿਸ ਮੁੜਨਾ ਤੇ ਇਹਦੇ ਮਗਰ ਮੈਂ ਐਸ ਪਾਦਾ ਰਿਟਰਨਸ ਇਹ ਕੀ ਹੁੰਦਾ ਹੈ ਇਹ ਹੁੰਦੀ ਹੈ ਜਦੋਂ ਤੁਸੀਂ ਸਰਕਾਰੀ ਨੌਕਰੀ ਲੱਗ ਕੇ ਨਾ ਤੁਸੀਂ ਸਾਲਾਨਾ ਰਿਟਰਨ ਭਰੋਗੇ ਰਿਟਰਨਸ ਕਹਿੰਦੇ ਨੇ ਉਹਨੂੰ ਠੀਕ ਹੈ ਉਹਦੇ ਤੁਹਾਡੀ ਇਨਕਮ ਦੀ ਕੈਲਕੂਲੇਸ਼ਨ ਹੁੰਦੀ ਹੈ ਵੀ ਐਨਾ ਤੁਹਾਡੇ ਕੋਲ ਪੈਸਾ ਆਇਆ ਐਨਾ ਇੱਥੇ ਗਿਆ ਐਨਾ ਇੱਥੇ ਗਿਆ ਐਨਾ ਉਹਦੇ 'ਚ ਟੈਕਸ ਲੱਗ ਗਿਆ ਆ ਲਿਖਿਆ ਕੈਲਕੂਲੇਸ਼ਨਸ ਆਫ ਇਨਕਮ ਇਹ ਰਿਟਰਨ ਹੈ ਠੀਕ ਹੈ ਫੋਰਸ ਫੋਰਸ ਹੁੰਦਾ ਬਲ ਸ਼ਕਤੀ ਹੁਣ ਪਿੱਛੇ ਇਸ ਐਡ ਕਰਦਾ ਸੌਰੀ ਇਕਲਾ ਐਸ ਐਡ ਕਰਦਾ ਫੋਰਸਸ ਕਹਦਾ ਤਾਂ ਕੀ ਬਣ ਜਾਂਦਾ ਉਹ ਸੈਨਾ ਬਣ ਜਾਂਦਾ ਫੋਰਸਸ ਠੀਕ ਹੈ ਠੀਕ ਹੈ ਆਇਰਨ ਆਇਰਨ ਕੀ ਹੁੰਦਾ ਲੋਹਾ ਇਹਦੇ ਮਗਰ ਮੈਂ ਐਸ ਐਡ ਕਰਦਾ ਆਇਰਨਸ ਇਹ ਬਣ ਜਾਂਦਾ ਹੱਤਕੜੀ ਹੱਤਕੜੀ ਵੀ ਮੰਨਦਾ ਹੱਥਕੜੀ ਠੀਕ ਹੈ ਵੀ ਅੱਛਾ ਓਮ ਵੀ ਸੈਂਡ ਸੈਂਡ ਹੁੰਦਾ ਰੇਤਾ ਇਹਦੇ ਮਗਰ ਐਸੈਡ ਕਰਦਾ ਸੈਂਡਜ਼ ਕਹਦਾ ਇਹਦਾ ਮਤਲਬ ਹੁੰਦਾ ਮਾਰੂਥਲ ਮਾਰੂਥਲ ਤੁਸੀਂ ਸਮਝ ਲਿਆ ਠੀਕ ਹੈ ਠੀਕ ਹੈ ਅੱਛਾ ਅਬਿਊਜ਼ਰ ਅਬਿਊਜ਼ ਕੀ ਹੁੰਦੀ ਹੈ ਗਾਲ ਕੱਢਣੀ ਠੀਕ ਹੈ ਇਹਦੇ ਮਗਰ ਮੈਂ ਐਸੈਡ ਕਰਦਾ ਅਬਿਊਜ਼ਸ ਕਹਾਂ ਇਹਦਾ ਮਤਲਬ ਹੁੰਦਾ ਕੁਰੀਤियां ਕੁਰੀਤियां ਗਲਤ ਗਲਤ ਹੋ ਠੀਕ ਹੈ ਜਿਵੇਂ ਕਹਿੰਦੇ ਨੇ ਵੀ ਕੁਰੀਤियां ਫੈਲੀਆਂ ਹੋਈਆਂ ਨੇ ਕਿ ਗਲਤ ਪਰਚਾਪ ਫੈਲਿਆ ਹੋਇਆ ਠੀਕ ਹੈ ਉਹ ਚੀਜ਼ ਹੈ ਗੁੱਡ ਗੁੱਡ ਕੀ ਹੁੰਦਾ ਚੰਗਾ ਇਹਦੇ ਮਗਰ ਮੈਂ ਐਸ ਐਡ ਕਰਦਾ ਗੁਰਜ਼ ਇਹਦਾ ਮਤਲਬ ਕੀ ਹੁੰਦਾ ਵਸਤੂਆਂ ਹੁੰਦਾ ਟਰੱਕਾਂ ਉੱਤੇ ਲਈ ਹੁੰਦਾ ਗੁਰਜ਼ ਕੈਰੀਜ ਹੈਨਾ ਉਹ ਆਇਨੇ ਵੀ ਚੰਗਾ ਕੈਰੀਜ ਹੈ ਚੰਗਾ ਲੈ ਕੇ ਜਾਂਦਾ ਗੁਰਜ਼ ਮਤਲਬ ਵਸਤੂਆਂ ਹੁੰਦੀਆਂ ਇਹੇ ਜੀ ਵਸਤੂਆਂ ਜਿਹਦਾ ਆਪਾਂ ਬਿਜ਼ਨਸ ਕਰਦੇ ਆ ਠੀਕ ਹੈ ਠੀਕ ਹੈ ਵਾਟਰ ਵਾਟਰ ਪਾਣੀ ਜੇ ਮੈਂ ਕਹਾ ਵਾਟਰਸ ਇਹ ਬਣ ਜਾਂਦਾ ਸਮੁੰਦਰ ठीक है ठीक है वर्क वर्क होंगे काम, पिछे मैं ऐसे लगाता वर्कस यदा लिटरेरी वर्क ठीक है लिटरेरी पीसिस मतलब तुम्हें भी स्टोरी लिखती किताब लिखती है कॉमिक लिखती वह वर्कस है ठीक है फ्रूट ये तो उ मतलब फ्रूट मतलब फल फ्रूट्स मतलब भी फल ही हूं ठीक है रिजल्ट के तौर पर यूज करे ठीक है रिजल्ट है ठीक है फ्रूट्स विट विट भी सियानप ही होंगी है ठीक है विट्स भी सियान भी होंगे ये कोई फर्क नहीं विट से विट्स में सियान भी होंगे इंटेलीजेंस होंगी ठीक है।, है भी हाँ जी ठीक है ये तुम पढ़ लो कस्टम कस्टम ये कोई चक्करी गल नहीं लो भी यूज ऑफ अपोस्ट अपोस्ट ऑफ एस ठीक है आ वाली चीज़ ठीक है आ मैं थो दसी आह या आफ दो है की है सेम चीज़ है ਇਹਨਾਂ ਦਾ ਯੂਜ਼ ਕਰਨਾ ਆਪਾਂ ਸਿੱਖਦੇ ਆਂਗੇ ਦੇਖੋ ਅਪੋਸਟਰ ਆਫਟਰਸੀ ਯੂਜ਼ ਇਨ ਦਾ ਫੋਲੋਇੰਗ ਵੇ ਇਹ ਤਰ੍ਹਾਂ ਨਾਲ ਯੂਜ਼ ਹੁੰਦੀ ਹੈ ਵੀ ਜਿਹੜੀ ਆ ਵਾਲੀ ਐਸ ਹੈ ਕਿੱਥੇ ਕਿੱਥੇ ਲੱਗਦੀ ਆਪਾਂ ਆ ਇਹਦਾ ਸਾਰਾ ਰੂਲ ਭੇੜ ਦੇਾਂਗੇ ਇਹ ਲੱਗਦੀ ਹੈ ਲਿਵਿੰਗ ਥਿੰਗਸ ਨਾਲ ਮੋਹਨਜ਼ ਬੁਗ ਮੋਹਨ ਲਿਵਿੰਗ ਹੈ ਨਾ ਤਾਂ ਤੁਸੀਂ ਇਹ ਲਗਾ ਸਕਦੇ ਹੋ ਕਾਊਜ਼ ਹੌਰਨ ਠੀਕ ਹੈ ਗਾਂ ਹੈਗੀ ਸੰਦੀਵਸਤੂ ਹੈ ਸੰਦੀਵ ਚੀਜ਼ੇ ਲਗਾ ਸਕਦੇ ਹੋ ਆ ਬੂਮੈਂਟ ਪਰ ਹਾਂਜੀ ਬਿਲਕੁਲ ਲਗਾ ਸਕਦੇ ਹੋ ਠੀਕ ਹੈ ਪਹਿਲਾ ਪਹਿਲਾ ਰੂਲ ਕਲੀਅਰ ਹੈ ਨਾ ਓਕੇ ਫਿਰ ਬਈ ਧਿਆਨ ਰੱਖਣਾ ਤੁਸੀਂ ਵੀ ਮਾੜਾ ਜਾ ਧਿਆਨ ਦੇ ਨਾ ਜੀ ਕਹਿੰਦਾ ਇਫ ਅ ਪਲੂਰਲ ਨਾਉਨ ਐਂਡ ਇਨ ਅ ਐਸ ਜਾਂ ਈ ਐਸ ਕੋਈ ਪਲੂਰਲ ਸ਼ਬਦ ਹੈ ਪਿੱਛੇ ਐਸ ਜਾਂ ਈ ਐਸ ਨਾਲ ਖਤਮ ਹੋਇਆ ऐसे इज़ नॉट एडेड वाइल द अपोस्ट ऑफ ठीक है देखो मैं कहना बॉय बॉयज़ बॉय। बॉय। बुक ठीक है मतलब एक मुंडे की किताब है है ना कहे बॉयज़ पहली सिंगुलर है कई मुंडे की किताब है तो जी अपोस्ट ऑफ एस है कल लग जाए ਐਸ ਡੀ ਮਗਰ ਸਮਝਣਾ ਮੇਰੀ ਗੱਲ ਹੈ ਪੋਸਟ ਆਫ ਐਸ ਵਿੱਚ ਦੋ ਚੀਜ਼ਾਂ ਹੈ ਇੱਕ ਤਾਂ ਡੰਡਾ ਹੈ ਇੱਕ ਆ ਐਸ ਹੈ ਠੀਕ ਹੈ ਜਿੱਥੇ ਡੰਡਾ ਤੇ ਐਸ ਹੈ ਨਹੀਂ ਉੱਥੇ ਦੋਹੀ ਦੇ ਦਿਓ ਜੇ ਬੁਆਏ ਸੀ ਨਾ ਪਿੱਛੇ ਐਸ ਸੀ ਨਾ ਡੰਡਾ ਸੀਗਾ ਤਾਂ ਆਪਾਂ ਦੋਹੇ ਚੀਜ਼ਾਂ ਦੇਤੀਆ ਐਸ ਵੀ ਤੇ ਡੰਡਾ ਵੀ ਲਗਾਤਾ ਬੁਆਏਜ਼ ਬੁੱਕ ਠੀਕ ਹੈ ਹੁਣ ਇੱਥੇ ਦੇਖੋ ਜਦੋਂ ਇਹ singular ਹੈ ਹਾਂ ਸੋਰੀ plural ਹੈ boys ਐਸ ਪਿੱਛੇ ਪਹਿਲੀ ਲੱਗਿਆ ਹੀ ਹੋਇਆ ਠੀਕ ਹੈ ਤਾਂ ਫਿਰ ਹੁਣ ਐਸ ਤਾਂ ਪਹਿਲਾਂ ਲੱਗਿਆ ਹੀ ਹੋਇਆ ਤਾਂ ਆ ਡੰਡੇ ਦੀ ਕਮੀ ਰਹੀ ਤਾ ਆ ਡੰਡਾ ਤੁਸੀਂ ਲਗਾ ਦੇਣਾ ਉਹ ਵੀ ਐਂਡ 'ਚ ਐਸ ਤੋਂ ਬਾਅਦ ਮੈਨੂੰ ਸਮਝੇ ਮੇਰੀ ਗੱਲ ਤੇ ਆਂ ਜੇ ਰੱਖੋ ਪੇਪਰ 'ਚ ਆਉਣੀ ਹੁੰਦੀ ਹੈ ਇਹ ਚੀਜ਼ ਠੀਕ ਹੈ ਦੇਖੋ ਹੁਣ ਉਸੇ ਰੂਲ ਨਾਲ ਅੱਪ ਚੱਲਦੇ ਆਂ ਦੇਖੋ boys college ਦੇਖੋ boys plural ਨਾ ਤਾਂ ਆ ਡੰਡਾ ਇੱਥੇ ਲੱਗਿਆ ਐਂਡ 'ਚ boys college ਗਰਲਸ ਸਕੂਲ ਆ ਦੇਖੋ ਐਸ ਲੱਗ ਗਿਆ ਨਾ ਤਾਂ ਪਿੱਛੇ ਹਾਰਡਨ ਲੱਗ ਗਿਆ ਵਰਕਿੰਗ ਔਮਨ ਉਹ ਦੇਖੋ ਵੀ ਔਮਨ ਦੇ ਮਗਰ ਐਸ ਤਾਂ ਹੈ ਨਹੀਂ ਹੈ ਨਾ ਨਾ ਐਸ ਹੈ ਨਾ ਡੰਡਾ ਤਾਂ ਆਹ ਜਿਹੜਾ ਹੈਗਾ ਐਸ ਵੀ ਤੇ ਆ ਡੰਡਾ ਵੀ ਦੋਹੇ ਦੇ ਦੋ ਔਮਨਸ ਹੌਸਟਲ ਲੱਗ ਗਿਆ ਦੇਖੋ ਹੁਣ ਕਲੀਅਰ ਹੋ ਗਈ ਮੈਨੂੰ ਲੱਗਦਾ ਗੱਲ ਹੈ ਨਾ ਠੀਕ ਹੈ ਹੁਣ ਦੇਖੋ ਚਾਈਲਡਸ ਪਲੇ ਚਿਲड्रन ਸਕੂਲ ਉਰੇ ਦੇਖੋ ਵੀ ਨਾ ਐਸ ਉਸ ਹੈ ਨਹੀਂ ਤਾਂ ਸਾਰਾ ਦਾ ਸਾਰਾ ਲੱਗ ਗਿਆ ਮੈਨਜ਼ ਡਿਊਟੀ ਮੈਨਜ਼ ਵਿਅਰ ਸਮਝ ਰੇ ਮੇਰੀ ਗੱਲ ਹੈ ਹੈਲੋ ਐ ਇੰਨਾ ਰੂਲ ਕਲੀਅਰ ਹੈ ਹਲੇ ਅੱਗੇ ਮੈਂ ਹੋਰ ਦੱਸਦਾ ਬੋਲੋ ਬੋਲੋ ਜਲਦੀ ਬੋਲੋ ਚੇਟੂ ਕਹਿੰਦੇ ਹਾਂਜੀ ਪ੍ਰਿਆ ਕਹਿੰਦੇ ਹਾਂਜੀ ਠੀਕ ਹੈ ਬਲਜੀਤ ਬਲਜੀਤ ਖੋਲ ਗਾਲੀ ਠੀਕ ਹੈ ਐ ਇੰਨਾ ਰੂਲ ਤੁਹਾਨੂੰ ਕਲੀਅਰ ਹੈ ਫਿਰ ਅੱਗੇ ਦੇਖੋ ਸੀ ਨੰਬਰ ਵੈਨ ਨਾਉਨ ਐਂਡ ਇਨ ਹਿਸਿੰਗ ਸਾਊਂਡ ਹਿਸਿੰਗ ਜਿੱਦ ਮਗਰ ਇਹ ਆਵਾਜ਼ ਆਵੇ ਠੀਕ ਹੈ s is not added after a post samjhe meri gall main keh raha si a post of s vich do chizyan ne ik s te aa ik danda hai na jithe s hai ga pehli utthe sirf danda te laga do a end vich theek hai hun a rule ne ki add karta jithe s nahi hai par edi awaaz aa rahi hai utthe bhi sirf aa danda laga do ठीक है देखो देखो मेरा नाम बोले माड़ा जा फॉर पीस पीस देखो कि लग्या डंडा लगाता ठीक है फॉर ऐसे नहीं पर आप सिर्फ ऐसे की आवाज आ रही है तो आप सिर्फ आ डंडा लगाता फॉर गुडनेस हम एस आवाज भी आ रही है एस भी है तो आप सिर्फ डंडा लगाता ही चीजा ने गणेश

ਹਾਲੇ ਅਪੋਸਟ੍ਰਫ ਐਸ ਵਾਲਾ ਕੂਰੂਲ ਖਤਮ ਨਹੀਂ ਹੋਇਆ ਚੱਲੀ ਜਾਂਦਾ ਠੀਕ ਹੈ ਅੱਛਾ ਅੱਗੇ ਚੱਲੋ ਟੀ ਨੰਬਰ ਕਹਿੰਦਾ ਅਪੋਸਟ੍ਰਫ ਐਸ ਇਸ ਨਾਟ ਯੂਜ਼ਡ ਵਿਦ ਅ ਪੋਜੈਸਿਵ ਪ੍ਰੋਨਾਉਨ ਪੋਜੈਸਿਵ ਪ੍ਰੋਨਾਉਨ ਨਾਲ ਅਪੋਸਟ੍ਰਫ ਐਸ ਨਹੀਂ ਲੱਗਦਾ ਪੋਜੈਸਿਵ ਪ੍ਰੋਨਾਉਨ ਕਿਹੜੇ ਹੁੰਦੇ ਆ ਜਿਹੜੇ ਪੋਜੈਸ਼ਨ ਦੱਸਦੇ ਆ ਆਫ ਤੇ ਐਸ ਅਪੋਸਟ੍ਰਫ ਐਸ ਵੀ ਤਾਂ ਪੋਜੈਸ਼ਨ ਹੀ ਦੱਸਦੇ ਆ ਤਾਂ ਦੋ ਦੋ ਸ਼ਬਦ ਪੋਜੈਸ਼ਨ ਵਾਲੇ ਆ ਯੂਜ਼ ਹੋ ਸਕਦੇ ਆ ਨਹੀਂ ਹੋ ਸਕਦੇ ਠੀਕ ਹੈ ਤਾਂ ਹਿਸ ਹਰਜ਼ ਯੂਅਰ ਦਾ ਆਵਰ ਦਾ ਥੇਰ ਤੇ ਇਹਦੇ ਨਾਲ ਅਪੋਸਟ੍ਰਫ ਐਸ ਯੂਜ਼ ਤੁਸੀਂ ਨਹੀਂ ਕਰ ਸਕਦੇ ਠੀਕ ਹੈ ਸਿੱਧਾ ਲਗੂਗਾ ਯੂਅਰਜ਼ ਫੇਧਫੁਲੀ ਉਹ ਉਥੇ ਪੇਪਰ ਚ ਤੁਹਾਨੂੰ ਐ ਪਸੰਦੀ ਕੋਸ਼ਿਸ਼ ਕਰੂਗਾ ਉਹ ਐ ਪਾਊਗਾ ਯੂਅਰਜ਼ ਠੀਕ ਹੈ ਤਾਂ ਇਹ ਗਲਤ ਹੈ ਠੀਕ ਹੈ ਯੂਅਰਜ਼ ਟਰੂਲੀ ਇਹਦੀ ਰਹੂਗਾ ਠੀਕ ਹੈ ਈ ਨੰਬਰ ਰੂਲ ਮੈਂ ਤੁਹਾਨੂੰ ਪਹਿਲੇ ਦੱਸ ਚੁੱਕਿਆ ਕਮਾਂਡਰ ਇਨ ਚੀਫ ਭਈ ਜੇ ਪਲੂਰਲ ਬਣਾਣਾ ਹੈ ਤਾਂ ਕਮਾਂਡਰਸ ਕਹਿ ਦਿਓ ਜੇ ਅਪੋਸਟ੍ਰਫ ਐਸ ਲਗਾ ਨਹੀਂ ਤਾਂ ਲਾਸਟ ਵਿੱਚ ਲਗਾ ਦਿਓ ਚੀਫ ਸੋਰਡਰ ਮਾਈ ਸਾਨੀ ਲਾ ਠੀਕ ਹੈ ਅਪੋਸਟ੍ਰਫ ਐਸ ਲਗਾ ਨਹੀਂ ਤਾਂ ਲਾਸਟ 'ਚ ਲਗਾ ਦਿਓ ਜੇ ਪਲੂਰਲ ਬਣਾਣਾ ਤਾਂ ਇੱਥੇ ਐਸ ਲਗਾ ਦਿਓ ਸੰਜੀ ਲਾ ਸਿੰਪਲ ਹੈ ਠੀਕ ਹੈ ਐਫ ਨੰਬਰ ਇਹ ਵੀ ਪੇਪਰ 'ਚ ਬਹੁਤ ਪਾਉਂਦਾ ਵੀ ਉਹ ਕਹਿੰਦਾ ਅਪੋਸਟ੍ਰਫ ਐਸ ਇਸ ਨਾਟ ਯੂਜ਼ਡ ਵਿਦ ਨੋਨ ਲਿਵਿੰਗ ਥਿੰਗ ਨੋਨ ਲਿਵਿੰਗ ਥਿੰਗ ਨਾਲ ਅਪੋਸਟ੍ਰਫ ਐਸ ਯੂਜ਼ ਨਹੀਂ ਕਰਨੀ ਦੇਖੋ ਇਹ ਪੇਪਰ 'ਚ ਪਾਉਂਦਾ ਹੁੰਦਾ ਵੀ ਟੇਬਲਸ ਲੈਗ टेबल टेबलता की है निर्जीव वस्तु है तो टेबल लैग आप कहेंगे ना आप कहे लैग ऑफ टेबल ये सही है ठीक है भी समझे ठीक है जी गए हूँ ये एक्सैप्शन ने इस भी स्टार लो की एक्सैप्शन ने इन्हें पहला कहा कि बी जरा अपोस्ट ऑफ एस है वह लगू लिविंग थिंग्स पिछे लगूगा लिविंग थिंग मगर ठीक है नॉन लिविंग थिंग पिछे ਨਹੀਂ ਲੱਗਦਾ ਇਹ ਤੇ ਬਾਕੀ ਆਪਾਂ ਨੂੰ ਲਾਗੇ ਵੀ ਐਸ ਲਗਾਣਾ ਸੋਦੀ ਵਾਲ ਜਿਹੜਾ ਫਲਾਣਾ ਟਪਾ ਕਾਪਾ ਕਰ ਲਿਆ ਹੁਣ ਐਕਸੈਪਸ਼ਨ ਦੇਖੋਗੀ ਆ ਕਹਿੰਦਾ ਵੈਨ ਅ ਨੋਨ ਲਿਵਿੰਗ ਥਿੰਗ ਇਜ਼ ਪਰਸੋਨੀਫਾਈਡ ਹੈ ਨੋਨ ਲਿਵਿੰਗ ਥਿੰਗ ਨੂੰ ਪਰਸੋਨੀਫਾਈ ਕੀਤਾ ਇੱਕ ਤਰ੍ਹਾਂ ਪਰਸਨ ਦੀ ਤਰ੍ਹਾਂ ਦੇਖਦੇ ਆਪਾਂ ਯਾਦ ਹੈ ਆਪਾਂ ਪਿੱਛੇ ਜੇ ਕਰਿਆ ਸੀਗਾ ਵੀ ਪਾਵਰ ਬੰਦਾ ਹੈਗਾ ਮੇਲ ਹੈ ਪਾਵਰ ਹੈ ਨਾ ਹਾਰਸ਼ ਚੀਜ਼ਾਂ ਮੇਲ ਮੰਨੀਆਂ ਜਾਂਦੀਆਂ ਨੇ ਜਿਹੜੀ ਨਰਮ ਚੀਜ਼ਾਂ ਹੁੰਦੀਆਂ ਨੇ ਸੋਹਣੀਆਂ ਚੀਜ਼ਾਂ ਹੁੰਦੀਆਂ ਉਹਨਾਂ ਨੂੰ ਕੁੜੀ ਮੰਨਿਆ ਜਾਂਦਾ ਹੈ ਹੈਨਾ ਤਾਂ ਉਹ ਪਰਸੋਨੀਫਾਈ ਕੀਤਾ ਹੋਇਆ ਹੈ ਸੂਰਜ ਹੈ ਸੂਰਜ ਨੂੰ ਆਪਾਂ ਕੀ ਨਰਜੀਵ ਵਸਤੂ ਨਹੀਂ ਮੰਨਦੇ ਆਪਾਂ ਉਹਨੂੰ ਪਰਸੋਨੀਫਾਈ ਕਰਿਆ ਹੋਇਆ ਆਪਾਂ ਉਹਨੂੰ ਮੇਲ ਮੰਨਦੇ ਆ ਤਾਂ ਉੱਥੇ ਤੁਸੀਂ ਆ ਪੋਸਟਰ ਫੈਸ ਲਗਾ ਸਕਦੇ ਹੋ ਠੀਕ ਹੈ ਆ ਦੇਖੋ ਸਨਜ਼ ਫਿਊਰੀ ਸਨ ਯਾਦ ਹੈ ਨਾ ਕਿ ਸਨ ਬੰਦਾ ਹੈ ਤਾਂ ਇੱਥੇ ਆ ਪੋਸਟਰ ਫੈਸ ਲਾਗੀ ਸਨਜ਼ ਫਿਊਰੀ ਨੇਚਰ ਉਹ ਨੇਚਰ ਕੀ ਸੀ ਮੇਲ ਕੀ ਫੀਮੇਲ ਸੀ ਕੋਈ ਦੱਸੋ ਫਟਾਫਟ ਨੇਚਰ ਕੀ ਸੀ ਫੀਮੇਲ ਹਾਂ ਨੇਚਰ ਫੀਮੇਲ ਸੀ ਠੀਕ ਹੈ ਚਿੰਟੂ ਬੋਲਿਆ ਨਹੀਂ ਤੁਸੀਂ ਨੇਚਰ ਲਾਉ ਠੀਕ ਹੈ ਓਕੇ ਦੂਜਾ ਵੀ ਨਾਉਨ ਰਿਲੇਟਡ ਵਿਦ ਦਾ ਟਾਈਮ ਵੇਟ ਤੇ ਪਲੇਸ ਬੰਦਰ ਜੀ ਜੋ ਵੇ ਟਾਈਮ ਹੋਵੇ ਵੇਟ ਹੋਵੇ ਪਲੇਸ ਹੋਵੇ ਇਹਨਾਂ ਨਾਲ ਵੀ ਪੋਸਟ ਆਫ ਹੈਸ ਲੱਗ ਸਕਦਾ ਜਿਵੇਂ ਇਹ ਡੇਜ਼ ਲੀਵ ਟਾਈਮ ਆਰਮ ਲੈਂਥ ਠੀਕ ਹੈ ਇਹ ਵੀ ਕੀ ਹੈ ਮਤਲਬ ਵੇਟ ਹੈ ਠੀਕ ਹੈ ਵੇਟ ਨਹੀਂ ਤੁਸੀਂ ਉਹ ਕਹਿ ਸਕਦੇ ਹੋ ਆਮ ਲੈਂਥ ਦੇ ਤਰ੍ਹਾਂ ਉਹ ਐਰ ਈਡੀਅਮ ਹੈ ਠੀਕ ਹੈ ਕੋਈ ਗੱਲ ਨਹੀਂ ਆਮ ਲੈਂਥ ਕਹਿ ਸਕਦੇ ਹੋ ਇਹ ਪਾਉਂਡਸ weight ਠੀਕ ਹੈ weight ਆ ਗਿਆ ਇਹ ਠੀਕ ਹੈ ਸਿੰਪਲ ਜੀ ਗੱਲ ਹੈ ਕੁਛ ਨਹੀਂ ਫਿਰ ਕਹਿੰਦਾ ਰਿਸਪੈਕਟੇਬਲ ਨਾਉਨ ਰਿਸਪੈਕਟੇਬਲ ਨਾਉਨ ਜਿਹੜੇ ਇਹ ਜਿਹੜੇ ਨੇ ਜਿਨ੍ਹਾਂ ਦੀ ਆਪਾਂ ਰਿਸਪੈਕਟ ਕਰਦੇ ਆ ਰਿਸਪੈਕਟ ਨਾਲ ਦੇਖਿਆ ਜਾਂਦੇ ਆ ਜਿਵੇਂ ਕੋਰਟ ਦਾ ਆਡਰ ਹੈ ਭਈ ਕੋਰਟ ਨੇ ਜਿਹੜਾ ਕਹਤਾ ਉਹ ਤੱਕ ਕਰਨਾ ਹੀ ਕਰਨਾ ਹੈ ਕੋਰਟ ਦਾ ਫੈਸਲਾ ਹੈ ਠੀਕ ਹੈ ਰਿਸਪੈਕਟੇਬਲ ਹੈ ਇੱਥੇ ਵੀ ਤੁਸੀਂ ਇਹ ਪੋਸਟ ਆਫਸ ਲਗਾ ਸਕਦੇ ਹੋ ਕੋਰਸ اور ਡਿਊਟੀਆਂ ਥੀកਾ ਲੈਂਦਾ ਨਾ ਕਰਮ ਹੀ ਪੂਜਾ ਕਰਮ ਠੀਕ ਹੈ ਜਿਹੜਾ ਤੁਸੀਂ ਕੰਮ ਕਰਦੇ ਹੋ ਉਹਨੂੰ ਪੂਜਾ ਮੰਨਿਆ ਜਾਂਦਾ ਹੈ ਠੀਕ ਹੈ ਤਾਂ ਡਿਊਟੀ ਦਿਖਾ ਲੈ ਇਹਦੇ ਇਹ ਵੀ ਰਿਸਪੈਕਟੇਬਲ ਨਾਉਨ ਹੈ ਤਾਂ ਤੁਸੀਂ ਇਹ ਪੋਸਟ ਆਫਸ ਲਗਾ ਸਕਦੇ ਹੋ ਠੀਕ ਹੈ ਠੀਕ ਵਿਦ ਫਰੇਜ਼ਸ ਫਰੇਜ਼ ਦਾ ਯਰ ਐਡੀਅਮ ਫਰੇਜ਼ ਆਪਾਂ ਕਰਾਂਗੇ ਉਹਨਾਂ ਦਾ ਕੀ ਹੁੰਦਾ ਜਿਹੇ ਜੀ ਲੈਂਗੁਏਜ ਹੈਗੀ ਹੈ ਜੇ ਪੋਸਟ ਆਫ ਲੱਗਿਆ ਤਾਂ ਠੀਕ ਹੈ ਨਹੀਂ ਲੱਗਿਆ ਤਾਂ ਠੀਕ ਹੈ ਇਹ ਉਹਨਾਂ ਦੀ ਲੈਂਗੁਏਜ ਹੁੰਦੀ ਹੈ ਜਿਵੇਂ ਐਟ ਸਵਿਟਸ ਐਟ ਅ ਸਟੋਨ ਥਰੋ ਇੱਕ ਵੀ ਅਗਰ ਆ ਗਿਆ ਸੋ ਮੈਂ ਦੱਸੂਗਾ ਸਾਰੀ ਗੱਲ ਬਾਤ ਹਲੇ ਵਾਸਤੇ ਨਹੀਂ ਕਰਨਾ ਇਹ ਫਰੇਡ ਕੀ ਹੁੰਦੇ ਆ ਸੋ ਚੰਗੀ ਤਰ੍ਹਾਂ ਕਹਿੰਡ ਤਰੀਕੇ ਨਾਲ ਕਰਾਉਂਗਾ ਮੈਂ ਇਹ ਯਾਦ ਠੀਕ ਹੈ ਠੀਕ ਹੈ ਫਿਰ ਕਹਿੰਦਾ ਵਿਦ ਹੈਵਨਲੀ ਆਬਜੈਕਟ ਹੈਵਨਲੀ ਆਬਜੈਕਟ ਜਿਹੜੇ ਤ੍ਰਤੀ ਠੀਕ ਹੈ ਗ੍ਰਹਿ ਤਾਰੇ ਸਿਤਾਰੇ ਹੈਵਨਲੀ ਆਬਜੈਕਟ ਨੇ ਠੀਕ ਹੈ ਜਿਵੇਂ ਅਰਥਸ ਐਟਮੋਸਫੀਅਰ ਆਲੋ ਵੀ ਅਰਥ ਹੈਵਨਲੀ ਆਬਜੈਕਟ ਹੈ ਤਕੀ ਲੱਗ ਗਿਆ ਪੋਸਟਰ ਐਸ ਲੱਗ ਗਿਆ ਠੀਕ ਹੈ ठीक है अच्छा मैन शुरू तो दसो कि रूल्स है जल्दी जल्दी दसो मैं फटाफट अ पोस्ट ऑफ एस के मैं रूल दसो जल्दी माइक ऑन करो भी बस थोड़ा चैप्टर खत्म च है खत्म होने वाला है लो भी जी एक कहना डू नॉट यूज डबल पोस्ट ऑफ भी डबल पोस्ट ऑफ एस यूज नहीं करने ठीक है जिम्मे कहना माई वाइफ सैक्रेटरी इज मदर है इदा नहीं द मदर ऑफ माई वाइफ सैक्रेटरी सब तो लास्ट भी यूज करो पोस्ट ऑफिस ठीक है दो कट्ठे नहीं यूज करने ठीक है जो दो आ रहे हैं तो एक जगह ऑफ यूज कर दो अगली एंड तो पोस्ट ऑफिस लगा दो ठीक है सिंपल है ठीक है फिर एक एग्जाम्पल देख लो एच ए कहता कैसी यूज विद एनीबॉडी नो बॉडी एवरीबॉडी संबड एनी सिंपल जी गलरी वनसौरी नो वनसौल है यार ठीक है लागी कोई गल ਐਂਡ ਅਲਰ ਰੂਲ ਇੱਥੇ ਦੇਖੋ ਸਟਾਰ ਲਾ ਵਿੱਚ ਇਹ ਵੀ ਪੇਪਰ ਚ ਆਉਂਦਾ ਬਹੁਤ ਜਿਹੜਾ ਐਚ ਰੂਲ ਹੈ ਕਹਿੰਦਾ ਐਸ ਇਜ਼ ਯੂਜ਼ਡ ਵਿਦ ਐਨੀਬਾਡੀ ਨੋਬਾਡੀ ਐਵਰੀਬਾਡੀ ਸਮਬਾਡੀ ਐਨੀਵਨ ਸਮਨ ਨੋਵਨ ਐਵਰੀਵਨਸ ਆ ਰੰ ਲੱਗਦਾ ਜਿਵੇਂ ਐਗਜ਼ੈਂਪਲ ਐਵਰੀਵਨਸ ਕੰਸਰਨ ਇਜ਼ ਨੋਵਨਸ ਕੰਸਰਨ ਫਿਰ ਵੀ ਐਵਰੀਬਾਡੀਜ਼ ਬਿਜ਼ਨਸ ਇਜ਼ ਨੋਬਾਡੀਜ਼ ਬਿਜ਼ਨਸ ਠੀਕ ਹੈ ਫਿਰ ਕਹਿੰਦਾ ਇਫ ਐਲਸ ਜੇ एवरीवन ਆ ਸਾਰੇ ਵਰਡ ਲੱਗੇ ਇਹਨਾਂ ਚ ਕੋਈ ਵੀ ਵਰਡ ਲੱਗਾ ਤੇ ਬਾਅਦ ਵਿੱਚ ਐਲਸ ਵੀ ਯੂਜ਼ ਹੁੰਦਾ ਇਫ ਐਲਸ ਜੁੜ ਵਿਦ 애니ਬਾਡੀ ਨੋਬਾਡੀ ਐਕਸਟਰਾ ਤਾਂ ਅਪੋਸਟ੍ਰੋਫ ਐਸ ਥੀ ਵਿਲ ਬੀ ਯੂਜ਼ਡ ਠੀਕ ਹੈ ਕਿਵੇਂ ਦੇਖੋ ਮੜਾ ਜਾ ਅਪੋਸਟ੍ਰੋਫ ਐਸ ਲਿਖੂਗਾ ਐਲਸ ਤੋਂ ਬਾਅਦ ਲਿਖੂਗਾ ਸਮਝੋ ਮੇਰੀ ਗੱਲ ਜਾਂ ਤਾਂ एवरीवन ਕੱਲਾ ਯੂਜ਼ ਹੋਊਗਾ ਜੇ एवरीवन ਕੱਲਾ ਯੂਜ਼ ਹੋਇਆ एवरी वन के पिछे पोस्ट ऑफिस एस लग गया एवरी वन जे लग्या एवरी वन एल्स गया तो आप देंगे इतवा की गल है ठीक है देखो एग्जाम्पल आई कैन रिलाई ऑन योर वर्ड्स नॉट समबडी एल एस तो बाद लग्या होयाडर एंड नो बडी एल्सेस ठीक है बस هنرniki ਕਰ ਲੈਗੀ ਠੀਕ ਹੈ ਇਹ ਚ ਸਟਾਰ ਵਾਲਾ ਪੇਪਰ 'ਚ ਬਹੁਤ ਜ਼ਿਆਦਾ ਆਉਂਦਾ ਹੁੰਦਾ ਹੈ ਹੁਣ ਬੋਲੋ ਬਈ ਗੱਲ ਕਲੀਅਰ ਹੈ ਹੈ ਬਈ ਚੈਪਟਰ ਸੋਡਾ ਖਤਮ ਹੈ ਇੱਕ ਤੁਹਾਨੂੰ ਹੋਰ ਗੱਲ ਦੱਸਣੀ ਸੀਗੀ ਦੱਸਦਾ ਬਈ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਚੀਜ਼ ਹੈ ਠੀਕ ਹੈ ਸਾਰੀ ਇੰਪੋਰਟੈਂਟ ਚੀਜ਼ੀ ਕਰਾ ਰਿਹਾ ਮੈਂ ਰ ਠੀਕ ਹੈ cos 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 ਇਹ ਪੇਪਰ ਚ ਪਉਂਦਾ ਉਹ ਕਹਿੰਦਾ ਕਾਸਟਡ ਵੀ ਵਰਬ ਦੀ ਫਰਸਟ ਫਾਰਮ ਵੀ ਕਾਸਟ ਹੈ ਸੈਕਿੰਡ ਫਾਰਮ ਵੀ ਕਾਸਟ ਹੈ ਥਰਡ ਫਾਰਮ ਵੀ ਕਾਸਟ ਹੀ ਹੈ ਕਾਸਟਡ ਕੁਛ ਨਹੀਂ ਹੈ ਤੱਤਿਆ ਰੱਖਣਾ ਗੱਲ ਠੀਕ ਹੈ ਇੱਕ ਹੋਰ ਸ਼ਬਦ ਹੈ ਟੈਲੀਕਾਸਟ ਇਹ ਦੀ ਸੈਕਿੰਡ ਫਾਰਮ ਵੀ ਟੈਲੀਕਾਸਟ ਹੀ ਹੈ ਤੇ ਥਰਡ ਵੀ ਟੈਲੀ ਕਾਸਟ ਹੀ ਹੈ ਠੀਕ ਹੈ ਧਿਆਨ ਨਾਲ ਵੀ ਇਹਨੂੰ ਲਿਖ ਲੈਣਾ ਤੁਸੀਂ ਠੀਕ ਹੈ ਫਿਰ ਇੱਕ ਹੈ ਬ੍ਰੌਡਕਾਸਟ ਇਹਦੀ ਸੈਕਿੰਡ ਫਾਰਮ ਵੀ ਬ੍ਰੌਡਕਾਸਟ ਹੈ ਥਰਡ ਖਾਂ ਪਾਉਗੀ ਥਰਡ ਫਾਰਮ ਵੀ ਬ੍ਰੌਡਕਾਸਟ ਹੈ ਵੀ ਧਿਆਨ ਰੱਖਿਓ ਨਾ ਤਿੰਨਾਂ ਨੂੰ ਇਹ ਜੇ ਫਸਾ ਲੰਦਾ ਹੁੰਦਾ ਬੰਦਾ ਉੱਥੇ ਪੜ੍ਹਦਾ ਟੈਲੀਕਾਸਟਡ ਟੈਲੀਕਾਸਟਡ ਤਾਂ ਸਹੀ ਹੈ ਵੀ ਉਹਨੂੰ ਉਹਦੀ ਨਿਗਾ ਚ ਜਾਂਦੀ ਨਹੀਂ ਵੀ ਇਹ ਗਲਤੀ ਹੋ ਵੀ ਸਕਦੀ ਹੈ ਠੀਕ ਹੈ ਠੀਕ ਹੈ हम दसो भी कोई दिक्कत क्लीयर है सारा सारा थोड़े चैप्टर कंप्लीट हो गया तो तुम्हें होमवर्क रहूगा सपोर्टिंग द एर ठीक है सिंपल ने सारे कले कले करने ने इतने मैं आके सारे कराऊंगा चैप्टर थोड़ा खत्म